हां जी बेटी मेरे साथ सालवाद हुई है इस करके खुशियां मना रहे। ਜਿਹੜਾ ਇਹ ਕੇਕ ਹੈ ਇਹ ਤੁਹਾਡੇ ਘਰ ਵੀ ਕੱਟਿਆ ਜਾ ਸਕਦਾ ਹੈ। ਜਿਹੜਾ ਖੁਸ਼ੀਆਂ ਦੀ ਛੈਬਰ ਹੈ ਤੁਹਾਡੇ ਘਰ ਵੀ ਲੱਗ ਸਕਦੀ ਹੈ। ਕਲਕਾਰੀਆਂ ਜਿਹੜੀਆਂ ਉਹ ਤੁਹਾਡੇ ਘਰ ਵੀ ਵੱਜ ਸਕਦੀਆਂ ਨੇ। ਇਹ ਸ਼ਗਨ ਹੈ ਜਿਹੜਾ ਰੀਆ ਨੂੰ ਦਿੱਤਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਹਰਦੀਪ ਜੀ ਫਿਰ ਬਾਮਾ ਜੀ ਵਾਲੀ ਜਿਹੜੀ ਭੂਮਿਕਾ ਦੇ ਵਿੱਚ ਨੇ ਜਗਤ ਮਾਮਾ ਜੀ ਅਸੀਂ ਇਹਨਾਂ ਨੂੰ ਕਹਿ ਲਈਏ ਕਹਿ ਰਹੇ ਨੇ ਕਿ ਜਗਤ ਮਾਮਾ ਜੀ ਨੇ ਬੜੇ ਪਿਆਰ ਦੇ ਨਾਲ ਬੜੇ ਸਤਿਕਾਰ ਦੇ ਨਾਲ ਪਿਆਰ ਦੇ ਕੇ ਰੀਆ ਨੂੰ ਡਾਕਟਰ ਅਨੀਤਾ ਨੇ ਉਹ ਖੁਦ ਜਿਹੜਾ ਕੇਕ ਦੇ ਨਾਲ ਮੂੰਹ ਮਿੱਠਾ ਕਰਾ ਰਹੇ ਨੇ ਸ਼ਗਨ ਹੈ ਜਿਹੜਾ ਸ਼ਗਨ ਰੂਪੀ ਜਿਹੜਾ ਇੱਕ ਆਪਣੀ ਵੱਡੀ ਭੈਣ ਕਹਿ ਲਈ ਛੋਟੀ ਭੈਣ ਕੇ ਲਈ ਤੁਸੀਂ ਹਰ ਇੱਕ ਮਰੀਜ਼ ਨੂੰ ਇਦਾਂ ਢੀਲ ਕਰਦੇ ਹੋ ਮੈਂ ਬਿਲਕੁਲ ਸਰ ਅਸੀਂ ਇਦਾਂ ਕਰਦੇ ਹਾਂ ਹਰ ਕਰ ਜਾ ਕੇ ਹਾਂਜੀ ਸਰ ਬਿਲਕੁਲ ਤੇ ਹੁਣ ਇਹ ਡਿਲੀਵਰੀ ਇਆ ਇੱਕ ਅੱਗੇ ਨੈਕਸਟ ਹੋਰ ਸਾਡੇ ਕੋਲ 14 ਸਾਲ ਬਾਅਦ ਰਿਜ਼ਲਟ ਆ ਰਿਹਾ ਜੀ ਬੜੀ ਜਲਦੀ ਉੱਥੇ ਤੁਹਾਨੂੰ ਅਸੀਂ ਫੇਰ ਇਨਵਾਈਟ ਕਰਾਂਗੇ ਜੀ ਭਾਗਾ ਪਰੇ ਬੱਚੀ ਹੈਗੀ ਹੈ ਜਿਹੜੀ ਇਸ ਘਰ ਦੇ ਵਿੱਚ 7 ਸਾਲ ਉਪਰੰਤ ਵੱਡੀ ਜਿਹੜੀ ਉਡੀਕ ਤੋਂ ਬਾਅਦ 7 ਸਾਲ ਹੋ ਚੱਲੇ ਸੀ ਇਸ ਪਰਿਵਾਰ ਨੂੰ ਪਰ ਜਦੋਂ ਉਹਨਾਂ ਨੇ ਜਿਹੜਾ ਨੇਵਲ ਅਮ੍ਰਿਤ ਦੀ ਪਾਉਣੀ ਸ਼ੁਰੂ ਕੀਤੀ ਦਵਾਈ ਧੁੰਨੀ ਦੇ ਵਿੱਚ ਦਵਾਈ ਪਾਉਣੀ ਸ਼ੁਰੂ ਕੀਤੀ ਤਾਂ ਇਸ ਘਰ ਦੇ ਵਿੱਚ ਕੋਦੋਂ ਖੁਸ਼ੀਆਂ ਆਈਆਂ ਇਹ ਕਰਦੇ ਨੂੰ ਵੀ ਪਤਾ ਨਹੀਂ ਲੱਗਿਆ ਕਿ ਪੁੱਤ ਜੰਮੇ ਤਾਂ ਲੱड्डੂ ਬੰਡੋ ਧੀ ਜੰਮੇ ਤਾਂ ਵਰਫੇ ਗਵਾਂਜਾ ਦਾ ਫਰਕ ਨਹੀਂ ਪੈ ਰਿਹਾ ਸੀ ਫਿਰ ਰਣਜੀਤ ਭਾਜੀ ਉਹਨਾਂ ਨੇ ਨਾਭੀ ਅੰਮ੍ਰਿਤਵਾਰੀ ਦੱਸਿਆ ਤੇ ਉਹ ਪਾਣੀ ਸ਼ੁਰੂ ਕੀਤੀ ਤੇ ਫਿਰ ਉਹਦੇ ਨਾਲ ਮੈਂਸਿਸ ਸਹੀ ਹੋਏ ਫਿਰ ਪ੍ਰੈਗਨਨਸੀ ਹੋਈ ਕਿ ਤੁਹਾਡੇ ਹੱਥ ਭਾਗਾਂ ਵਾਲੇ ਨੇ ਜਾਂ ਤੁਹਾਡੀ ਜਿਹੜੀ ਨੀਅਤ ਹੈਗੀ ਆ ਉਹ ਨੇਕ ਹੋ ਜਾਂਦੀ ਹੈ ਜਿਨ੍ਹਾਂ ਜਿਨ੍ਹਾਂ ਨੂੰ ਵੀ ਤੁਸੀਂ ਮੈਡੀਸਿਨ ਦਿੰਦੇ ਆ ਰਹੇ ਹੋ ਆਪਣੇ ਹੱਥਾਂ ਦੇ ਨਾਲ ਤੇ ਉਹਨਾਂ ਘਰਾਂ ਦੇ ਵਿੱਚ ਕਲਕਾਰੀਆਂ ਵੱਜ ਰਹੀਆਂ ਨੇ ਸੱਤ ਸਾਲ ਇੰਤਜ਼ਾਰ ਪਰਿਵਾਰ ਨੇ ਕੀਤਾ ਇਹੋ ਜਿਹੀਆਂ ਦਿੱਕਤਾਂ ਇਹੋ ਜਿਹੇ ਪ੍ਰੋਬਲਮਸ ਨੇ ਜਿਹੜੀਆਂ ਉਹ ਆਖਿਰ ਇੰਨੀਆਂ ਜਿਹੜੀਆਂ ਕਿਉਂ ਵਧੀਆਂ ਹੋਈਆਂ ਨੇ ਸਾਡਾ ਖਾਣ ਪੀਣ ਬਦਲਿਆ ਉਦੋਂ ਦਾ ਮਤਲਬ ਇਹ ਚੀਜ਼ ਹੋ ਗਈ ਹੈਗੀ ਆ ਵੀ ਘਰਾਂ ਦੇ ਵਿੱਚ ਨਾ ਜਿਹੜੀ ਖੁਸ਼ੀ ਹੁੰਦੀ ਸੀ ਬੱਚੇ ਦੇ ਆਉਣ ਦੀ ਜਿਹੜੀ ਕਲਕਾਰੀ ਹੁੰਦੀ ਸੀ ਉਹ ਵੱਜਣੋਂ हट ਗਈ ਇਹਦੇ ਵਿੱਚ ਬਹੁਤ ਵਾਰੀ ਇਦਾਂ ਹੁੰਦਾ ਹੈਗਾ ਕਿ ਜਿਹੜੇ ਜੈਂਟਸ ਹੈਗੇ ਆ ਉਨਾ ਚ ਪ੍ਰੋਬਲਮ ਹੁੰਦੀ ਆ ਬਹੁਤ ਵਾਰ ਇਦਾਂ ਹੁੰਦਾ ਹੈ ਕਿ ਲੇਡੀਜ਼ ਦੇ ਵਿੱਚ ਪ੍ਰੋਬਲਮ ਹੁੰਦੀ ਹੈ ਜਿਵੇਂ ਅੱਜ ਰੌਣਕਾ ਲਈ ਆਏ ਘਰੇ ਬਹੁਤ ਵਧੀਆ ਜੀ ਬਹੁਤ ਵਧੀਆ ਕੀ ਹੋਇਆ ਅੱਜ ਬਸ ਇਹ ਸਾਡੀ ਲੜਕੀ ਆਈ ਹੈ ਇਸ ਕਰਕੇ ਫੇਰ ਰੌਣਕਾ ਲਈ ਜੇ ਧੁੰਨ ਦੇ ਵਿੱਚ ਬੂੰਦਾਂ ਪਾਉਣ ਨਾਲ ਜਿਹੜੇ ਪ੍ਰੈਗਨੈਂਸੀ ਓਕੇ ਵੀ ਹੋਣੀਆਂ ਜਰਾ ਉਹਨਾਂ ਨੂੰ ਵੀ ਤੁਸੀਂ ਐਕਸਪਲੇਨ ਕਰੋ ਕਿ ਕੀ ਹੁੰਦਾ ਜਿਹੜੇ ਵੀਕ ਹੋਏ ਉਹ ਸੈੱਲ ਆ ਉਹਨਾਂ ਸੈੱਲਾਂ ਨੂੰ ਪੋਸ਼ਣ ਦੇ ਕੇ ਇਹਨੇ ਰੀਐਕਟਿਵ ਕਰਨਾ ਹੁੰਦਾ ਰੀਜਨਰੇਟ ਕਰਨਾ ਹੁੰਦਾ ਹੈ ਔਰ ਬੋਡੀ ਸਾਡੀ ਸੈੱਲਾਂ ਦੀ ਬਣੀ ਹੋਈ ਆ ਔਰ ਜਿਹੜਾ ਸਾਡਾ ਆਰਗਨ ਹੈ ਸਾਡੀ ਯੂਟਰਸ ਹੈ ਇਹਦੇ ਵਿੱਚ ਵੀ ਸੈੱਲ ਹੈਗੇ ਆ ਔਰ ਉਹ ਸੈੱਲ ਵੀ ਜਿਹੜੇ ਹੈਗੇ ਆ ਉਹ ਐਕਟਿਵ ਹੋਣੇ ਸ਼ੁਰੂ ਹੋ ਜਾਂਦੇ ਆ ਅਗਰ ਟਿਊਬਾਂ ਵੀ ਬੰਦ ਹੈਗੀਆਂ ਤਾਂ ਨੇਵਲ ਅਮਰਤ ਖੋਲ੍ਹਨੀਆ ਸ਼ੁਰੂ ਕਰ ਦਿੰਦੀ ਹੈ ਮੈਂ ਉਹਨਾਂ ਨੂੰ ਇੱਕ ਗੱਲ ਕਹਿਣਾ ਜਦੋਂ ਥੋੜੇ ਨਹੀਂ ਨਾ ਬੱਚਾ ਹੋਊਗਾ ਫਿਰ ਆਪਾਂ ਕਮੈਂਟ ਕਰਕੇ ਦੇਖਿਓ ਥੱਲੇ ਕਿ ਕਿੱਥੇ ਮੈਡੀਸਨ ਲੋਕੀ ਨਾ ਸੇਵਿਆਂ ਚ ਜਾ ਕੇ ਮੱਥੇ ਵੀ ਟੇਕਦੇ ਆ ਪਰ ਉਸ ਪਰਿਵਾਰ ਨੂੰ ਪੁੱਛ ਕੇ ਦੇਖਿਆ ਜਾਵੇ ਜਿਹਦੇ ਬੱਚਾ ਨਹੀਂ ਹੈਗਾ ਉਹ ਦਾਦੀ-ਦਾਦੀ ਆ ਕੇ ਕਹਿੰਦੇ ਨੇ ਜਾਂ ਦਾਦੀ ਕਹਿੰਦੇ ਨੇ ਆ ਬੜੀ ਮੰਮਾ ਕਹਿੰਦੇ ਨੇ ਕਿਹੋ ਜਿਹਾ ਸੁੱਖ ਲੱਗਦਾ ਕਿਹੋ ਜ ਜਿੱਦਾਂ گلاب ਦਾ ਫੁੱਲ ਖਿੜ ਜਾਂਦਾ ਨਾ ਇਦਾਂ ਦਿਲ ਖਿੜ ਜਾਂਦਾ ਜਿਹੜੀ ਕਿਹੜੀ ਕਮਾ ਦੇ ਵਿੱਚ ਜਿਹੜੀ ਤੇਲ ਹੈਗਾ ਕੰਮ ਕਰਦਾ ਡਾਕਟਰ ਸਾਹਿਬ ਇਹ ਸਰ ਸ਼ੂਗਰ ਥਾਇਰੋਇਡ ਸਰਵਾਈਕਲ ਮਾਈਗਰੇਨ ਕੋਈ ਬਲੋਕੇਜ ਹੋਵੇ ਬੋਡੀ ਚ ਹਰ ਬਿਮਾਰੀ ਤੇ ਕਰਦਾ ਚੂਸ ਕਰਨ ਦਾ ਕੀ ਤਰੀਕਾ ਹੈਗਾ ਨਾਭੀ ਵਿੱਚ ਪਾਉਣੀ ਹੁੰਦੀਆਂ ਦੋ ਬੂੰਦਾਂ ਸਵੇਰੇ ਦੋ ਬੂੰਦਾਂ ਸ਼ਾਮੀ ਕਈਆਂ ਨੂੰ ਅਸੀਂ ਪਹਿਲੇ 15 ਦਿਨ ਦੋ ਬੂੰਦਾਂ ਦਿੰਨੇ ਆ ਉਸ ਤੋਂ ਬਾਅਦ ਕਹਿੰਨੇ ਆ ਦੋ ਬੂੰਦਾਂ ਸਵੇਰੇ ਦੋ ਬੂੰਦਾਂ ਸ਼ਾਮੀ ਦੁਪਹਿਰ ਨੂੰ ਅਸੀਂ ਦੇਸੀ ਕੇ ਰეკਮੈਂਡ ਕਰਦੇ ਆ ਕਿ ਦੇਸੀ ਕੇ ਨਾਭੀ ਨੂੰ ਜ਼ਰੂਰ ਲਾਓ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਕਾਸੀ farooq ਇੱਕ ਵਾਰ ਮੁੜ ਤੋਂ ਅਸੀਂ ਪਹੁੰਚੇ ਆ ਅੱਜ ਨਵਾਂ ਸ਼ਹਿਰ ਦੇ ਪਿੰਡ ਮਹਿਨਪੁਰ ਦੇ ਵਿੱਚ ਜਿੱਥੇ ਅੱਜ ਇੱਕ ਵਾਰ ਫੇਰ ਜਿਹੜਾ ਹਰਦੀਪ ਹੋਰਾ ਦੀ ਟੀਮ ਨੇ ਖੁਸ਼ੀਆਂ ਦੀ ਛੈਬਰ ਲਾਈ ਹੈ ਅੱਜ ਇੱਕ ਕੇਕ ਹੈ ਜਿਹੜਾ ਖੁਸ਼ੀਆਂ ਵਾਲਾ ਕੇਕ ਜਿਹਨੂੰ ਅਸੀਂ ਕਹਾਂਗੇ ਉਹ ਕਟਿਆ ਜਾ ਰਿਹਾ ਹੈ ਕਿਉਂ ਕਟਿਆ ਜਾ ਰਿਹਾ ਹੈ ਕਿਸ ਤਰ੍ਹਾਂ ਕਟਿਆ ਜਾ ਰਿਹਾ ਹੈ ਰਣਜੀਤ ਜੀ ਵੀ ਸਾਡੇ ਨਾਲ ਨੇ ਹੋਰ ਜਿਹੜੇ ਨੇਵਲ ਅਮਰਤ ਦੀ ਜਿਹੜੀ ਟੀਮ ਹੈਗੀ ਹੈ ਸਾਰੀ ਉਹ ਇਸ ਵੇਲੇ ਇੱਥੇ ਬੈਠੀ ਹੈ ਆਪਣੇ ਵਾਅਦੇ ਮੁਤਾਬਕ ਕਿਉਂਕਿ ਪਿਛਲੀ ਵੀਡੀਓ ਦੇ ਵਿੱਚ ਹਰਦੀਪ ਜੀ ਹੋਰਾਂ ਨੇ ਕਿਹਾ ਸੀ ਕਿ ਅਸੀਂ ਜਿਹੜੇ-ਜਿਹੜੇ ਘਰ ਵੀ ਖੁਸ਼ੀਆਂ ਦੀ ਛੈਬਰ ਲਾਈ ਹੈ ਉਸ-ਉਸ ਘਰ ਜਾ ਕੇ ਅਸੀਂ ਸੈਲੀਬ੍ਰੇਟ ਹੈ ਜਿਹੜਾ ਉਹ ਜ਼ਰੂਰ ਕਰਨਾ ਹੈ ਤਸਵੀਰਾਂ ਤੁਸੀਂ ਦੇਖ ਲਓ ਹਰਦੀਪ ਜੀ ਇਸ ਵਾਰ ਫੇਰ ਜਿਹੜਾ ਬੁੱਕਲ ਦੇ ਵਿੱਚ ਬੱਚੀ ਨੂੰ ਜਿਹੜਾ ਉਹ ਲਈ ਬੈਠੇ ਨੇ ਬੜੀ ਭਾਗਾ ਭਰੀ ਬੱਚੀ ਹੈਗੀ ਐ ਜਿਹੜੀ ਇਸ ਘਰ ਦੇ ਵਿੱਚ 7 ਸਾਲ ਉਪਰੰਤ ਵੱਡੀ ਜਿਹੜੀ ਉਡੀਕ ਤੋਂ ਬਾਅਦ 7 ਸਾਲ ਹੋ ਚੱਲੇ ਸੀ ਇਸ ਪਰਿਵਾਰ ਨੂੰ ਪਰ ਜਦੋਂ ਉਹਨਾਂ ਨੇ ਜਿਹੜਾ ਨੇਵਲ ਅਮ੍ਰਿਤ ਦੀ ਪਾਣੀ ਸ਼ੁਰੂ ਕੀਤੀ ਦਵਾਈ ਧੁੰਨੀ ਦੇ ਵਿੱਚ ਦਵਾਈ ਪਾਉਣੀ ਸ਼ੁਰੂ ਕੀਤੀ ਤਾਂ ਇਸ ਘਰ ਦੇ ਵਿੱਚ ਕਦੋਂ ਖੁਸ਼ੀਆਂ ਆਈਆਂ ਇਹ ਕਰਦੇ ਨੂੰ ਵੀ ਪਤਾ ਨਹੀਂ ਲੱਗਿਆ ਸਾਡੇ ਨਾਲ ਸਾਰੀ ਟੀਮ ਬੈਠੀ ਆ ਪੂਰੇ ਮੁਹੱਲੇ ਵਾਸੀ ਜਿਹੜੇ ਉਹ ਜੁੜੇ ਹੋਏ ਨੇ ਇਹ ਤਸਵੀਰਾਂ ਬੜੀਆਂ ਅਹਿਮ ਤਸਵੀਰਾਂ ਨੇ ਉਹਨਾਂ ਲੋਕਾਂ ਦੇ ਲਈ ਜਿਹੜਾ ਇਹ ਕੇਕ ਹੈ ਇਹ ਤੁਹਾਡੇ ਘਰ ਵੀ ਕੱਟਿਆ ਜਾ ਸਕਦਾ ਹੈ ਜਿਹੜਾ ਖੁਸ਼ੀਆਂ ਦੀ ਛੈਬਰ ਹੈ ਤੁਹਾਡੇ ਘਰ ਵੀ ਲੱਗ ਸਕਦੀ ਹੈ ਕਲਕਾਰੀਆਂ ਜਿਹੜੀਆਂ ਉਹ ਤੁਹਾਡੇ ਘਰ ਵੀ ਵੱਜ ਸਕਦੀਆਂ ਨੇ ਵੱਜ ਸਕਦੀਆਂ ਨੇ ਕੀ ਜੀ ਨਹੀਂ ਵੱਜ ਸਕਦੀਆਂ ਹਾਂ ਜੀ ਕੀ ਨਾਮ ਕੀ ਆ ਤੁਹਾਡਾ ਮੇਰਾ ਕੁਵਿੰਦਰ ਕੌਰ ਇੱਕ ਵੰਦਰ ਕੀ ਹੋਇਆ ਸੀ ਅੱਜ ਸਾਰੀ ਟੀਮ ਤੁਹਾਡੇ ਕੋਲ ਆਈ ਹੈ ਸਾਰਾ ਮੁਹੱਲਾ ਤੁਸੀਂ ਇਕੱਠਾ ਕੀਤਾ ਖਾਸ ਕਰਕੇ ਪੂਰੇ ਸਵਾਗਤ ਦੇ ਲਈ ਟੀਮ ਦੇ ਲਈ ਹਾਂਜੀ ਬੇਟੀ ਮੇਰੇ ਸਾਤ ਸਾਲਵਾਰ ਹੋਈ ਹੈ ਇਸ ਕਰਕੇ ਖੁਸ਼ੀਆਂ ਮਨਾ ਰਹੇ ਹਾਂ ਹਾਂਜੀ ਕੀ ਕੀ ਪ੍ਰੋਬਲਮ ਕੀ ਸੀ ਕਿੱਦਾਂ ਦੀ ਤੁਸੀਂ ਕਿੱਥੇ ਕਿੱਥੇ ਜਿਹੜਾ ਆਪਣਾ ਟ੍ਰੀਟਮੈਂਟ ਕਰਾਇਆ ਕਿਵੇਂ ਤੁਹਾਡੀ ਰঞ্জੀਤ ਹੋਰਾਂ ਨਾਲ ਕਿਵੇਂ ਟੱਕਰ ਰਹੇ ਹੋ ਹਾਂਜੀ ਨਵਾਂ ਸ਼ਹਿਰ ਤੋਂ ਮੈਡੀਸਨ ਕਾਫੀ ਖਾਧੀਆਂ ਸੀ ਅੱਜ ਦਾ 7 ਸਾਲ ਹੋ ਗਏ ਸੀ ਬੜੀ ਬੇਟੀ ਨੂੰ ਤੇ ਫਿਰ ਦੁਆਜਾ ਨਾਲ ਫਰਕ ਨਹੀਂ ਪੈ ਰਿਹਾ ਸੀ ਫਿਰ ਰঞ্জੀਤ ਭਾਜੀ ਉਹਨਾਂ ਨੇ ਨਾਬੀ ਮਰਤਵਾਰੀ ਦੱਸਿਆ ਤੇ ਉਹ ਪਾਣੀ ਸ਼ੁਰੂ ਕੀਤੀ ਤੇ ਫਿਰ ਉਹਦੇ ਨਾਲ ਮੈਂਸਿਸ ਆ ਹੀ ਹੋਏ ਫਿਰ ਪ੍ਰੈਗਨਨਸੀ ਹੋਈ ਹਾਂਜੀ ਤੇ ਪਹਿਲਾਂ ਮੇਰੇ ਇੱਕ ਬੇਟੀ ਸੀ ਹੁਣ ਦੂਜੀ ਆ ਮੈਨੂੰ ਬਹੁਤ ਖੁਸ਼ੀ ਆ ਹਾਂਜੀ ਦੋ ਬੇਟੀਆਂ ਮੇਰੀ ਤੇ ਤੁਹਾਨੂੰ ਜਦੋਂ ਇਸ ਤਰੀਕੇ ਨਾਲ ਜਦੋਂ ਹੁੰਦਾ ਹੈ 7 ਸਾਲ ਬਹੁਤ ਜ਼ਿਆਦਾ ਹੁੰਦੇ ਨੇ ਇੱਕ ਕਹਿੰਦੇ ਨੇ ਵੀ 5 ਸਾਲ ਗਾਲੇ ਤੇ ਇੱਕ ਲਾਲ ਪਾਲੇ ਤੇ ਤੁਸੀਂ ਤਾਂ 7 ਸਾਲ ਜਿਹੜੇ ਆਪਣੇ ਇਸ ਜਦੋਂ ਜਹਿਦ ਦੇ ਵਿੱਚ ਲੰਗਾਏ ਕਿਹੋ ਜਿਹੀ ਸੀ 7 ਸਾਲ ਹਾਂਜੀ ਬਹੁਤ ਤੁਹਾਨੂੰ ਪਤਾ ਹੀ ਆ ਇਦਾਂ ਲੰਗੇ ਹਾਂ ਜੀ ਕਿੱਦਾਂ ਲੰਗੇ ਕਿਸ ਤਰ੍ਹਾਂ ਦਾ ਕਿਤਨੇ ਕਿਤੇ ਕੋਈ ਮਾਨਸਿਕ ਤੌਰ ਤੇ ਵੀ ਜਦੋਂ ਇਦਾਂ ਦੀ ਸਿਚੁਏਸ਼ਨ ਆਉਂਦੀ ਹੈ ਸਰੀਰਕ ਜਦੋਂ ਸਰੀਰ ਠੀਕ ਨਹੀਂ ਹੁੰਦਾ ਤੇ ਹਾਂ ਜੀ ਇਦਾਂ ਦੀਆਂ ਪ੍ਰੋਬਲਮ ਅਸੀਂ ਆਂ ਕੱਲੇ ਸੀ ਦਾ ਘਰ ਵਿੱਚ ਘਰ ਵਿੱਚ ਹੋਰ ਵੀ ਸਾਸੋਰਾ ਮੇਰੇ ਨਹੀਂ ਹੈਗੇ ਤੇ ਮੈਂ ਤੇ ਮੇਰੀ ਬੇਟੀ ਹਸਬੰਡ ਤਿੰਨੇ ਹੀ ਅਸੀਂ ਸੀ ਹੁੰਦਾ ਹੀ ਆ ਥੋੜਾ ਮੰਨੂ ਹਾਂ ਜੀ ਇੱਕ ਬੱਚਾ ਹੋ ਰਾਇ ਹੈ ਹਾਂ ਜੀ ਤੇ ਘਰ ਦੇ ਕੀ ਕਰਦੇ ਹੋ ਤੁਹਾਡੇ ਡਰਾਈਵਿੰਗ ਕਰਦੇ ਹਾਂ ਜੀ ਡਰਾਈਵਿੰਗ ਕਰਦੇ ਹਾਂ ਜੀ ਤੇ ਫਿਰ ਅ ਅੱਜ ਹਰਦੀਪ ਜੀ ਹੁਣੇ ਇੱਥੇ ਆਏ ਨੇ ਕਿ ਕਟਿਆ ਤੁਸੀਂ ਸਾਰਾ ਮੁਹੱਲਾ ਇਕੱਠਾ ਹੋਇਆ ਤੁਸੀਂ ਪੇਕੇ ਘਰ ਬੈਠੇ ਹੋ ਇਸ ਵੇਲੇ ਆਪਣੇ ਹਾਂਜੀ ਪੇਕੇ ਘਰ ਆਈ ਹੋਈ ਆ ਮੈਂ ਬੱਚੀ ਦਾ ਕੀ ਨਾਂ ਰੱਖਿਆ ਬੱਚੀ ਦਾ ਰੀਆ ਕੁਮਾਰੀ ਅੱਛਾ ਰੀਆ ਕੁਮਾਰੀ ਮੈਨੂੰ ਲੱਗਦਾ ਨਾਮ ਵੀ ਜਿਹੜਾ ਉਹ ਲਿਖਿਆ ਹੋਇਆ ਹੈ ਕੇਕ ਦੇ ਉੱਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸੀ ਇੱਕ ਵਾਰ ਫਿਰ ਜਿਹੜਾ ਸਾਰੀ ਟੀਮ ਨਾਲ ਤੁਹਾਡੀ ਗੱਲਬਾਤ ਕਰਾਵਾਂਗੇ ਮੈਡਮ ਅਨੀਤਾ ਵੀ ਸਾਡੇ ਨਾਲ ਨੇ ਅੱਜ ਖਾਸ ਤਰਕੇ ਜਿਹੜੇ ਇੱਥੇ ਆਏ ਹੋਏ ਨੇ ਸਾਰਾ ਮੁਹੱਲਾ ਇਕੱਠਾ ਹੋਇਆ ਹੋਇਆ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਣੇ ਪਰ ਪਿਛਲੀ ਵਾਰ ਜਦੋਂ ਅਸੀਂ ਕਿਹਾ ਸੀ ਰਣਜੀਤ ਜੀ ਉਹਨਾਂ ਨਾਲ ਗੱਲ ਕੀਤੀ ਸੀ ਅਸੀਂ ਰਣਜੀਤ ਜੀ ਮੈਂ ਫੇਰ ਉਹੀ ਗੱਲ ਕਹਿਣਾ ਕਿ ਤੁਹਾਡੇ ਹੱਥ ਭਾਗਾ ਵਾਲੇ ਨੇ ਜਾਂ ਤੁਹਾਡੀ ਜਿਹੜੀ ਨੀਅਤ ਹੈਗੀ ਆ ਉਹ ਨੇਕ ਹੋ ਜਾਂਦੀ ਹੈ ਜਿਨ੍ਹਾਂ ਜਿਨ੍ਹਾਂ ਨੂੰ ਵੀ ਤੁਸੀਂ ਮੈਡੀਸਿਨ ਦਿੰਦੇ ਆ ਰਹੇ ਹੋ ਆਪਣੇ ਹੱਥਾਂ ਦੇ ਨਾਲ ਤੇ ਉਹਨਾਂ ਘਰਾਂ ਦੇ ਵਿੱਚ ਕਲਕਾਰੀਆਂ ਵੱਜ ਰਹੀਆਂ ਨੇ ਜੀ 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 ਮੈਂ ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਔਰ ਹਕੀਕਤ ਚੈਨਲ ਦਾ ਬਹੁਤ ਧੰਨਵਾਦ ਕਰਦਾ ਜਿਹੜੇ ਦੁਆਰਾ ਤੋਂ ਫੇਰ ਸਾਡੀ ਖੁਸ਼ੀ ਦੇ ਵਿੱਚ ਸ਼ਰੀਕ ਹੋਏ ਆ ਤੇ ਚੱਲ ਗਏ ਆ ਤੁਸੀਂ ਵਾਦਾ ਵੀ ਕੀਤਾ ਸੀ ਸਾਡੇ ਨਾਲ ਜੀ ਸੋ ਗੱਲ ਇਹ ਹੈਗੀ ਆ ਜੀ ਹੱਤ ਭਾਗਾਂ ਵਾਲੇ ਕਹ ਲਓ ਜਾਂ ਕੁਦਰਤ ਦਾ ਕਿਸ਼ਮਾ ਕਹ ਲਓ ਜੀ ਠੀਕ ਆ ਜੀ ਐ ਮੈਡੀਸਨ ਤਾਂ ਪ੍ਰੋਪਰ ਹਰ ਘਰ ਇੱਕ ਹੀ ਜਾ ਰਹੀ ਆ ਠੀਕ ਆ ਬਟ ਰਿਜ਼ਲਟ ਜਿਹੜੇ ਅਲੱਗ-ਅਲੱਗ ਆ ਰਹੇ ਆ ਬੜੀ ਮਤਲਬ ਖੁਸ਼ੀ ਹੁੰਦੀ ਆ ਸਾਨੂੰ ਤੇ ਹੁਣ ਇਹ ਡਿਲੀਵਰੀ ਹੋਈ ਆ ਇੱਕ ਅੱਗੇ ਨੈਕਸਟ ਹੋਰ ਸਾਡੇ ਕੋ 14 ਸਾਲ ਬਾਅਦ ਰਿਜ਼ਲਟ ਆ ਰਿਹਾ ਜੀ ਬੜੀ ਜਲਦੀ ਉੱਥੇ ਤੁਹਾਨੂੰ ਅਸੀਂ ਫੇਰ ਇਨਵਾਈਟ ਕਰਾਂਗੇ ਜੀ ਜੀ ਬਿਲਕੁਲ ਅਸੀਂ ਤਾਂ ਸਾਡਾ ਤਾਂ ਇਹ ਕਰਤੱਵ ਹੈਗਾ ਸਾਡੀ ਜ਼ਿੰਮੇਵਾਰੀ ਹੈ ਲੋਕਾਂ ਤੱਕ ਅਸੀਂ ਠੀਕ ਗਾਈਡੈਂਸ ਠੀਕ ਚੀਜ਼ ਹੈਗੀ ਹੈ ਜਿਹੜੀ ਠੀਕ ਮੈਡੀਸਨ ਉਸ ਦੀ ਜਾਣਕਾਰੀ ਜਿਹੜਾ ਅਸੀਂ ਪਹੁੰਚ ਦੀ ਕਰੀਏ ਸਾਡੀ ਵੀ ਜ਼ਿੰਮੇਵਾਰੀ ਹੈ ਤੇ ਬੜਾ ਵਧੀਆ ਲੱਗਦਾ ਜਦੋਂ ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ 7 ਸਾਲ ਬਾਅਦ ਕਿਉਂਕਿ ਜਿਸ ਘਰ ਬੱਚਾ ਨਹੀਂ ਹੁੰਦਾ ਬੱਚੇ ਦੀ ਚਾਹਵਾਨ ਹੁੰਦੇ ਨੇ ਤੇ ਜਦੋਂ ਇਸ ਤਰ੍ਹਾਂ ਦੇ ਹਾਲਾਤ ਬਣਦੇ ਨੇ ਤਾਂ ਫਿਰ ਉਹ ਹਾਲਾਤ ਉਹ ਪਰਿਵਾਰ ਹੀ ਜਾਣਦਾ ਹੁੰਦਾ ਜੀ ਸਰ ਬਿਲਕੁਲ 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 ਤੇ ਦੇਖੋ ਜੀ ਬੱਚੇ ਕੁਦਰਤ ਦੀ देन ਹੈਗੇ ਆ ਚਾਹੇ ਮੁੰਡਾ ਹੋਵੇ ਚਾਹੇ ਕੁੜੀ ਹੋਵੇ ਇੱਕ ਸ਼ਾਇਰ ਨੇ ਬਹੁਤ ਵਧੀਆ ਲਿਖਿਆ ਹੈਗਾ ਕਿ ਪੁੱਤ ਜੰਮੇ ਤਾਂ ਲੱਡੂ ਬੰਡੋ ਧੀ ਜੰਮੇ ਤਾਂ ਬਰਫੀ ਠੀਕ ਹੈ ਜੀ ਤੇ ਅੱਜ ਕੱਲ ਜਿਹੜਾ ਦੁੱਖ ਦਰਦ ਜ਼ਿਆਦਾ ਧੀਆਂ ਹੀ ਵੰਡਾਨੀਆਂ ਮਾਪਿਆਂ ਦਾ ਤੁਹਾਨੂੰ ਪਤਾ ਆ ਇੱਕ ਹੋਰ ਵੀ ਲਾਈਨ ਅ ਮੈਂ ਸੁਣੀਆ ਸੀ ਔਰ ਬਹੁਤ ਸਾਰੇ ਨੇ ਸੁਣੀਆ ਹੈਗੀਆਂ ਪੁੱਤ ਬੜਾਉਣ ਜਮੀਨਾਂ ਧੀਆਂ ਦੁੱਖ ਬਣਉਣੀਆਂ ਠੀਕ ਆ ਜੀ ਸੋ ਬੜੀ ਖੁਸ਼ੀ ਹੈ ਸਾਰੇ ਪਰਿਵਾਰ ਨੂੰ ਇਹਨਾਂ ਇਸ ਪਰਿਵਾਰ ਦੇ ਵਿੱਚ ਕੋਈ ਫਰਕ ਨਹੀਂ ਆਏਗਾ ਕਿ ਸਾਡੇ ਦੂਈ ਫੇਰ ਲੜਕੀ ਆ ਗਈ ਆ ਤੋ ਇਹ ਖੁਸ਼ੀ ਦਾ ਇਜ਼ਹਾਰ ਕਰਦੇ ਹੋਈ ਇਹ ਸਾਰੀ ਇੰਨੀ ਰੌਣਕ ਲੱਗੀ ਇੱਥੇ ਜੀ 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 ਸੋ ਸਾਡੇ ਨਾਲ ਜਿਹੜੇ ਬਾਪੂ ਜੀ ਵੀ ਹੈਗੇ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਬਾਪੂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਠੀਕ ਠਾਕ ਬਹੁਤ ਠੀਕ ਹੈ ਜੀ ਕਿਵੇਂ ਅੱਜ ਰੌਣਕਾਂ ਲਾਈਆਂ ਘਰੇ ਬਹੁਤ ਵਧੀਆ ਜੀ ਬਹੁਤ ਵ ਵਸੇ ਸਾਡੀ ਲੜਕੀ ਆਈ ਹੈ ਇਸ ਕਰਕੇ ਫੇਰ ਹੌਣ ਕਰ ਗਈ ਹੈ ਕਿੰਨੀ ਕਿੰਨੀ ਕੋ ਖੁਸ਼ੀ ਹੈਗੀ ਹੈ ਤੁਹਾਨੂੰ ਬਹੁਤ ਖੁਸ਼ੀ ਹੈ ਸਾਨੂੰ ਤੁਸੀਂ ਨਾਨਾ ਜੀ ਹੋ ਹਾਂਜੀ ਹਾਂਜੀ ਤੇ ਫਿਰ 7-8 ਸਾਲ ਬੜਾ ਸੰਘਰਸ਼ ਕੀਤਾ ਹੈ ਤੁਹਾਡੀ ਬੇਟੀ ਨੇ ਤੇ ਕਿਹੋ ਜਿਹਾ ਮਾਨਸਿਕ ਤੌਰ ਤੇ ਤਾਂ ਬੋਝ ਹੁੰਦੇ ਹੀ ਆ ਇੱਕ ਬਜ਼ੁਰਗ ਮਾਪਿਆਂ ਤੇ ਬਿਲਕੁਲ ਹੁੰਦਾ ਬਿਲਕੁਲ ਹੁੰਦਾ ਜੀ ਹੁਣ ਚਲੋ ਦੋ ਬੱਚਾ ਆ ਗਿਆ ਬਸ ਬਹੁਤ ਖੁਸ਼ੀ ਆ ਕੀ ਗੱਲਾਂ ਕਰਦੀ ਹੁੰਦੀ ਸੀ ਤੁਹਾਡੇ ਨਾਲ ਇਹ ਇਹਨਾਂ ਦੇ ਹਸਬੰਦ ਜਿਹੜੇ ਕੀ ਗੱਲਾਂ ਕਰਦੇ ਹੁੰਦੇ ਸੀ ਜਦ ਉਹ ਕੁਝ ਨਹੀਂ ਸਾਡੇ ਨਾਲ ਗੱਲਾਂ ਕਰਦੀਆਂ ਹੁੰਦਾ ਅੱਛਾ ਜੀ ਜੀ ਸਾਨੂੰ ਆਪਣੇ ਆਪ ਚ ਇਦਾਂ ਹੁੰਦੀ ਸੀ ਅੱਛਾ ਆਪਣੇ ਆਪ ਚ ਹਾਂ ਸੋ ਸਾਡੇ ਨਾਲ ਮਾਤਾ ਜੀ ਵੀ ਹੈਗੇ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਆਂ ਕੀ ਨਾ ਜੀ ਤੁਹਾਡਾ ਮਹਿੰਦਰ ਗੌਰ ਅੱਛਾ ਬੜੇ ਖੁਸ਼ ਹੋ ਤੁਸੀਂ ਅੱਜ ਹਾਂ ਜੀ ਖੁਸ਼ੀ ਆ ਜੀ ਕਿਵੇਂ ਹੱਸ ਰਹੇ ਹੋ ਪਰ ਹੌਲੀ-ਹੌਲੀ ਹੱਸ ਰਹੇ ਹੋ ਖੁਸ਼ ਬਹੁਤ ਆਸੀਂ ਤਾਂ ਠੀਕ ਹੈ ਹਾਂਜੀ ਕੀ ਕਰਨਾ ਆਏ ਨੇ ਅੱਜ ਤੁਹਾਡੇ ਘਰੇ ਕੇਕ ਲੈ ਕੇ ਆਏ ਨੇ ਨੇਵਲ ਅੰਮ੍ਰਿਤ ਦੇ ਜਿਹੜੇ ਸਾਰੇ ਟੀਮ ਹੈਗੀ ਹੈ ਹਾਂਜੀ ਤੁਸੀਂ ਟੀਮ ਲੜਕੀ ਵਾਹ ਤੇ ਕੇਕ ਕਟਾਣਾ ਆਏ ਤੁਸੀਂ ਹੂੰ ਹੂੰ ਬਹੁਤ ਖੁਸ਼ੀ ਕਰਨ ਆਏ ਤੁਸੀਂ ਹਾਂਜੀ ਨਾਲੇ ਨਾਲੇ ਮੁਹੱਲੇ ਵਾਲੇ ਵੀ ਇਕੱਠੇ ਕੀਤੇ ਹੋਏ ਬਹੁਤ ਖੁਸ਼ੀ ਕਰਕੇ ਅੱਛਾ ਖੁਸ਼ੀ ਕਰਕੇ ਹਾਂਜੀ ਖੁਸ਼ੀ ਕਰਕੇ ਹੂੰ ਹੂੰ ਸੋ ਇਹ ਜਿਹੜੀਆਂ ਤਸਵੀਰਾਂ ਨੇ ਇੱਕ ਵਾਰ ਤੁਹਾਨੂੰ ਦਿਖਾ ਲੰਨੇ ਆ ਲਾਈਵ ਤਸਵੀਰਾਂ ਨੇ ਲਾਈਵ ਤਸਵੀਰਾਂ ਨੇ ਇਸ ਵੇਲੇ ਜਿਹੜਾ ਤੁਹਾਨੂੰ ਦਿਖਾ ਰਹੇ ਆਂ ਕੇਕ ਕੱਟਿਆ ਗਿਆ ਇਥੇ ਔਰ ਨਾਲੋ ਨਾਲ ਆਂਡ ਗੁਆਂਡ ਦੇ ਵਿੱਚ ਵੀ ਖਾਸ ਕਰਕੇ ਇਸ ਪਰਿਵਾਰ ਨੇ ਬੁਲਾਇਆ ਹੋਇਆ ਸੀ ਕਿਉਂਕਿ 7 ਸਾਲ ਬਾਅਦ 7 ਸਾਲ ਬਾਅਦ ਇਸ ਬੱਚੀ ਨਹੀਂ ਰੀਆ ਨੇ ਜਿਹੜਾ ਇਸ ਘਰ ਦੇ ਵਿੱਚ ਪੈੜਾਂ ਪਾਈਆਂ ਨੇ ਇਸ ਘਰ ਦੇ ਵਿੱਚ ਆਪਣੀ ਹਾਜ਼ਰੀ ਹੈ ਜਿਹੜੀ ਪਰਮਾਤਮਾ ਦੀ ਮਿਹਰ ਨਾਲ ਉਹ ਇੱਥੇ ਆਈਏ ਨੇ ਸਾਡੇ ਨਾਲ ਪੂਰੀ ਟੀਮ ਬੈਠੇ ਨੇ ਮਹੱਲੇ ਵਾਲੇ ਤੋਂ ਪਹਿਲਾਂ ਅਸੀਂ ਪੁੱਛ ਲੈਣਾ ਜਿਹੜੇ ਕੁਝ ਕੋ ਮੈਨੂੰ ਰਿਸ਼ਤੇਦਾਰ ਵੀ ਲੱਗਦੇ ਨੇ ਬੜੇ ਗੌਰ ਨਾਲ ਦੇਖ ਰਹੇ ਨੇ ਸਾਰੀਆਂ ਚੀਜ਼ਾਂ ਨੂੰ ਉਹਨਾਂ ਤੋਂ ਅਸੀਂ ਗੱਲਬਾਤ ਕਰਦੇ ਹਾਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਆਖਿਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਂ ਹੈ ਤੁਹਾਡਾ ਨੀਹਾ अच्छा नेहा ਤੁਸੀਂ ਅੱਜ ਇੱਥੇ ਬੈਠੇ ਹੋ ਸਾਰੀਆਂ ਚੀਜ਼ਾਂ ਨੂੰ ਬੜੇ ਧਿਆਨ ਨਾਲ ਦੇਖ ਰਹੇ ਹੋ ਨਾਲੇ ਹੱਸੇ ਜਾ ਰਹੇ ਹੋ ਨਹੀਂ ਨਹੀਂ ਵੈਸੇ ਹੀ ਸੀ ਅੱਛਾ ਕੀ ਕਰਨਾ ਹੈ ਅੱਜ ਮਤਲਬ ਦੱਸਿਆ ਸੀ ਇਹਨਾਂ ਨੇ ਵੀ ਤੁਸੀਂ ਆਏ ਆ ਅੱਛਾ ਕੀ ਪ੍ਰੋਬਲਮ ਸੀ ਤੁਸੀਂ ਜਾਣਦੇ ਹੋ ਇਹਨਾਂ ਨੂੰ ਰੀਆ ਦੀ ਮੰਮਾ ਨੂੰ ਪਤਾ ਨਹੀਂ ਮਤਲਬ ਕਿ ਦਵਾਈ ਖਾਈ ਸੀ ਕਿ ਉਸ ਤੋਂ ਬਾਅਦ ਠੀਕ ਹੋ ਗਏ ਸੀ ਅੱਛਾ ਹਾਂਜੀ ਕਿਹੜੀ ਦਵਾਈ ਖਾਧੀ ਸੀ ਇਹੀ ਦੱਸ ਦੇ ਸੀ ਪਤਨੀ ਮਿੰਤ ਪਤਾ ਵੀ ਨਹੀਂ ਕਿ ਤੁਸੀਂ ਇੱਥੇ ਗਵਾਂਢ ਚ ਰਹਿੰਦੇ ਹੋ ਤੁਸੀਂ ਗਵਾਂਢ ਚ ਰਹਿੰਦੇ ਹੋ ਹਾਂਜੀ ਹਾਂਜੀ ਅੱਛਾ ਤੁਹਾਨੂੰ ਗਵਾਂਢ ਦੀ ਥੋੜੀ ਬਹੁਤ ਤਾਂ ਖਬਰ ਹੋਣੀ ਚਾਹੀਦੀ ਹੈ ਹਾਂਜੀ ਫਿਰ ਉਹ ਇੱਥੇ ਸੀ ਨਾ ਆਪਣੇ ਇੱਥੇ ਤਾਂ ਪੇਕੇ ਆਉਂਦੇ ਸੋਹਰੇ ਤਾਂ ਖਾਈ ਸੀਗੇ ਹਾਂਜੀ ਜੀ 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 ਤੁਹਾਡਾ ਕਿੰਨਾ ਆਇਆ ਜੀ ਮੇਰਾ ਨਾਮ ਕੁਲਵਿੰਦਰ ਕੋਹੜਾ ਕੁਲਵਿੰਦਰ ਜੀ ਤੇ ਫਿਰ ਤੁਸੀਂ ਕੀ ਕਹੋਗੇ ਸਾਨੂੰ ਖੁਸ਼ੀ ਬਹੁਤ ਹੋਈ ਇਹ ਬੱਚੀ ਦਿਨਾਂ ਦੀ ਅੱਛਾ ਕਿੰਨੇ ਸਾਲ ਬਾਅਦ ਆਇਆ ਘਰ ਚ ਖੁਸ਼ੀ ਕਿੰਨੇ ਸਾਲ ਬਾਅਦ ਆਈ 7 ਸਾਲ ਬਾਅਦ ਆਈ है है। so, छोटे -छोटे, है है? अच्छा 7 ਸਾਲ ਬਾਅਦ ਆਈਏ ਸੋ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਇਸ ਵੇਲੇ ਲਾਈਵ ਦਿਖਾ ਰਹੇ ਆ ਇਹ ਸਾਰੀਆਂ ਖੁਸ਼ੀਆਂ ਛੋਟੇ ਛੋਟੇ ਕਿੰਨੀ ਕੁ ਖੁਸ਼ੀ ਹੁੰਦੀ ਹੈ ਭੈਣ ਜੀ ਜਦੋਂ ਬੱਚੀ ਤੁਸੀਂ ਇਹ ਬੱਚ ਮੁੰਡਾ ਕੁੜੀ ਹੈ ਹਾਂਜੀ ਬੇਟੀ ਹੈ ਅੱਛਾ ਬੇਟੀ ਹੈ ਕਿੰਨੀ ਕੁ ਖੁਸ਼ੀ ਹੁੰਦੀ ਹੈ ਜਦੋਂ ਅਸੀਂ ਇਸ ਤਰੀਕੇ ਨਾਲ ਅ ਬੱਚੀਆਂ ਨੂੰ ਗੋਦ ਦੇ ਵਿੱਚ ਲੈਣ ਦਾ ਮਾ ਦਾ ਜਿਹੜਾ ਨਿਗ ਹੁੰਦਾ ਉਹ ਕਿਹੋ ਜਿਹਾ ਅਹਿਸਾਸ ਹੈ ਅਹਿਸਾਸ ਤਾਂ ਇਹਦਾ ਆ ਕਿ ਕੋਈ ਇਹ ਦੱਸਣ ਵਾਲੀ ਗੱਲੇ ਨਹੀਂ ਹੈਗੀ ਹਾਂਜੀ ਤੁਹਾਨੂੰ ਪਤਾ ਹੀ ਆ ਕਿ ਬੇਟੀਆਂ ਬੇਟੇ ਨਾਲੋਂ ਜ਼ਿਆਦਾ ਪਿਆਰ ਲੈਣੀਆਂ ਹਾਂ ਹਾਂਜੀ ਕੀ ਨਾਂ ਇਹਦਾ ਇਹਦਾ ਹਰਸ਼ਕੂਰ ਅੱਛਾ ਤੇ ਇਹ ਜਿਹਦੇ ਤੁਸੀਂ ਇੱਥੇ ਬੈਠੇ ਹੋ ਇੱਥੇ ਤੁਸੀਂ ਦੇਖ ਰਹੇ ਹੋ ਜਿਹੜੇ ਲੋਕ ਨੇ ਜਿਨ੍ਹਾਂ ਨੇ ਜਿਨ੍ਹਾਂ ਦੇ ਘਰੇ ਬੱਚੇ ਆ ਬੱਚੀ ਨੇ ਹਜੇ ਜਨਮ ਨਹੀਂ ਲਿਆ ਉਡੀਕ ਦੇ ਵਿੱਚ ਨੇ ਉਹਨਾਂ ਲਈ ਤੁਸੀਂ ਕੀ ਕਹੋਗੇ ਕੀ ਅਰਦਾਸ ਕਰੋਗੇ ਇਹਨਾਂ ਲਈ ਹੀ ਕਰਾਂਗੇ ਪ੍ਰਮਾਤਮਾ ਉਹਨਾਂ ਨੂੰ ਲੰਮੀ ਉਮਰ ਬਖਸ਼ੇ ਹੂੰ ਹੂੰ ਸੱਚੇ ਫਾਟੇ ਨੂੰ ਦਿੰਦੁਗਨੀ ਰਾਤ ਤਰੱਕੀ ਬਖਸ਼ੇ ਹੂੰ ਹੂੰ ਸੋ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾਦੇ ਆ ਲਾਈਵ ਤਸਵੀਰਾਂ ਨੇ ਗਵਾਂਡ ਦੇ ਵਿੱਚ ਵੀ ਕੁਝ ਕੁ ਲੋਕ ਜਿਹੜੀਆਂ ਲੇਡੀਜ਼ ਹੈਗੇ ਨੇ ਉਹ ਇਕੱਠੀਆਂ ਹੋਈਆਂ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਜੀ ਤੁਹਾਡਾ ਨੀਲਮ ਰਾਣੀ ਅੱਛਾ ਨੀਲਮ ਜੀ ਤੁਸੀਂ ਇੱਥੇ ਗਵਾਂਡ 'ਚ ਰਹਿੰਦੇ ਹੋ ਹਾਂ ਜੀ ਅੱਛਾ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਅੱਜ ਸਾਰੇ ਆਏ ਹੋਏ ਨੇ ਸਾਨੂੰ ਪਤਾ ਲੱਗਾ ਤੁਸੀਂ ਆ ਰਹੇ ਸੀ ਅਸੀਂ ਦੇਖਿਆ ਅਸੀਂ ਆ ਗਏ ਮਗਰ ਤੁਹਾਡੇ ਅੱਛਾ ਤੇ ਤੁਸੀਂ ਫਿਰ ਰੀਆ ਦੀ ਮੰਮਾ ਨੂੰ ਜਾਣਦੇ ਹੋ ਹਾਂ ਜੀ ਆਪਣੀ ਗੁੜੀ ਆ ਉਹ ਹਾਂਜੀ ਹਾਂਜੀ ਆਪਣੀ ਗੁੜੀ ਕੀ 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 ਦਿੱਕਤ ਸੀ ਨਾ ਤੇ 7-8 ਸਾਲ ਇਹਨਾਂ ਦਾ ਇੰਤਜ਼ਾਰ ਕਰਾਇਆ ਰਹੀਆਂ ਨੇ ਹੁੰਦਾ ਘਰ ਹਾਂਜੀ ਪਰਮਾਤਮਾ ਨੂੰ ਪਤਾ ਆ ਜੀ ਹੋਊਗਾ ਸਹੀ ਉਹ ਤੋਂ ਉੱਪਰ ਤਾਂ ਠੀਕ ਹੈ ਠਾਕ ਹੋਊਗਾ ਹਾਂਜੀ ਠੀਕ ਆ ਜੀ 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 ਜਿਸੋ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾਣੇ ਆ ਸਾਡੇ ਨਾਲ ਜਿਹੜੀ ਟੀਮ ਹੈਗੀ ਆ ਸਾਰੀ ਨੇਵਲ ਅੰਮ੍ਰਿਤ ਦੀ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਡਾਕਟਰ ਸਾਹਿਬ ਇੰਨਾ ਇੰਤਜ਼ਾਰ ਹੈ ਜਿਹੜਾ 7 ਸਾਲ ਇੰਤਜ਼ਾਰ ਪਰਿਵਾਰ ਨੇ ਕੀਤਾ ਇਹੋ ਜਿਹੀਆਂ ਦਿੱਕਤਾਂ ਇਹੋ ਜਿਹੀਆਂ ਪ੍ਰੋਬਲਮਸ ਨੇ ਜਿਹੜੀਆਂ ਉਹ ਆਖਿਰ ਇੰਨੀਆਂ ਜਿਹੜੀਆਂ ਕਿਉਂ ਵਧੀਆਂ ਹੋਈਆਂ ਨੇ ਔਰ ਉਸ ਤੋਂ ਵੱਡੀ ਗੱਲ ਹੈ ਕਿ ਸਾਡੇ ਪੰਜਾਬ ਦੇ ਵਿੱਚ ਸਹੀ ਗਾਈਡੈਂਸ ਵੀ ਹੈ ਨਹੀਂ ਭੈਣ ਜੀ ਕਹਿ ਰਹੇ ਸੀ ਕਿ ਲਗਭਗ ਜ਼ਿਲ੍ਹੇ ਦੇ ਹਰ ਛੋਟੇ ਵੱਡੇ ਥਾਂ ਤੋਂ ਉਹਨਾਂ ਨੇ ਇਲਾਜ ਕਰਵਾਇਆ ਲੇਕਿਨ ਜਦੋਂ ਉਹ ਕਹਿੰਦੇ ਨੇ ਜਦੋਂ ਰਾਮ ਆਇਆ ਜਦੋਂ ਪ੍ਰੈਗਨੈਂਸੀ ਹੋਈ ਤਾਂ ਉਹ ਤੁਣ ਦੇ ਵਿੱਚ ਪਾਉਣ ਵਾਲੀ ਦਵਾਈ ਨਾਲ ਹੀ ਹੋਗੀ ਦੇਖੋ ਸਰ ਇਦਾਂ ਹੈਗੀ ਆ ਵੀ ਜਿਹੜਾ ਪੰਜਾਬ ਆ ਨਾ ਇਸ ਵੇਲੇ ਇਹਨੂੰ ਮਾਰਤਾ ਇਹ ਸਗਾ ਕਿਸੇ ਟਾਈਮ ਦੇ ਉੱਤੇ ਕਿਹਦੀਆਂ ਖੁਰਾਕਾਂ ਬੜੀਆਂ ਸ਼ੁੱਧ ਸਿਗੀਆਂ ਲੋਕ ਜਿਹੜੇ ਹੈਗੇ ਆ ਉਹਨਾਂ ਦਾ ਚੰਗਾ ਖਾਣ ਪੀਣ ਸੀ ਔਰ ਉਹਨਾਂ ਦਾ ਜਿਹੜਾ ਹੱਥੀ ਕੰਮ ਕਰਦੇ ਹੁੰਦੇ ਸੀ ਜਦੋਂ ਦਾ ਸਾਡਾ ਲਾਈਫ ਸਟਾਈਲ ਬਦਲਿਆ ਜੀ ਜੀ ਸਾਡਾ ਖਾਣ ਪੀਣ ਬਦਲਿਆ ਉਦੋਂ ਦਾ ਮਤਲਬ ਇਹ ਚੀਜ਼ ਹੋ ਗਈ ਹੈਗੀ ਆ ਵੀ ਘਰਾਂ ਦੇ ਵਿੱਚ ਨਾ ਜਿਹੜੀ ਖੁਸ਼ੀ ਹੁੰਦੀ ਸੀ ਬੱਚੇ ਦੇ ਆਉਣ ਦੀ ਜਿਹੜੀ ਕਲਕਾਰੀ ਹੁੰਦੀ ਸੀ ਉਹ ਬੱਜ ਨੂੰ हट ਗਈ ਇਹਦੇ ਵਿੱਚ ਬਹੁਤ ਵਾਰੀ ਇਦਾਂ ਹੁੰਦਾ ਹੈਗਾ ਕਿ ਜਿਹੜੇ ਜੈਂਟਸ ਹੈਗੇ ਆ ਉਹਨਾਂ ਚ ਪ੍ਰੋਬਲਮ ਹੁੰਦੀ ਆ ਬਹੁਤ ਵਾਰੀ ਇਦਾਂ ਹੁੰਦਾ ਹੈ ਕਿ ਲੇਡੀਜ਼ ਦੇ ਵਿੱਚ ਪ੍ਰੋਬਲਮ ਹੁੰਦੀ ਆ ਜਿਹੜੇ ਜੈਂਟਸ ਹੈਗੇ ਆ ਅ ਅੱਜਕੱਲ ਖਾਣ ਪੀਣ ਇਦਾਂ ਦਾ ਹੋ ਗਿਆ ਔਰ ਕੁਝ ਅ ਦਿਮਾਗ ਦੇ ਉੱਤੇ ਸਟ्रेस ਰਹਿੰਦੀ ਆ ਆਪਣੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਦੇ ਕਰਕੇ ਉਸ ਚੱਕਰ ਦੇ ਵਿੱਚ ਜਦੋਂ ਨਾ ਬੰਦਾ ਇਸ ਚੱਕਰ ਵਿੱਚ ਫਸਦਾ ਦਿਮਾਗ ਤੇ ਸਟ्रेस ਆ ਕਈ ਵਾਰੀ ਸਪਰਮ ਜਿਹੜੇ ਹੈਗੇ ਆ ਉਹ ਡੱਡ ਹੋਣੇ ਸ਼ੁਰੂ ਹੋ ਜਾਂਦੇ ਆ ਨਿੱਲ ਹੋ ਜਾਂਦੇ ਹੈਗੇ ਜਾਂ ਜਿਹੜੀਆਂ ਜੈਂਟਸ ਦੀਆਂ ਹੋਰ ਪ੍ਰੋਬਲਮਸ ਹੈਗੀਆਂ ਉਹ ਨਾਲ ਸ਼ੁਰੂ ਹੋ ਜਾਂਦੀਆਂ ਅ ਬੀਰਿਸ ਦਾ ਜਿਹੜਾ ਹੈਗਾ ਪਤਲਾਪਨ ਹੋ ਜਾਂਦਾ ਟਾਈਮਿੰਗ ਦੀ ਪ੍ਰੋਬਲਮ ਹੈਗੀ ਆ ਨਸਾਂ ਦਾ ਢੱਲਾਪਨ ਕੁਛ ਇਦਾਂ ਦੀਆਂ ਸਮੱਸਿਆਵਾਂ ਤੋਂ ਅੱਜਕੱਲ ਆਮ ਜਿਹੜੇ ਹੈਗੇ ਆ ਅ ਲੋਕ ਭੀੜਤ ਆ ਇਸੇ ਤਰੀਕੇ ਦੇ ਨਾਲ ਜਿਹੜੀਆਂ ਲੇਡੀਜ਼ ਹੈਗੀਆਂ ਆ ਉਹਨਾਂ ਦਾ ਵੀ ਖਾਣ ਪੀਣ ਉਦਾਂ ਦਾ ਨਹੀਂ ਰਿਹਾ ਜੀਵ ਦੇ ਸਵਾਦ ਪਿੱਛੇ ਅਸੀਂ ਸਾਰੇ ਪੰਜਾਬੀ ਲੋਕ ਪੈ ਗਏ ਆ ਜਿਹੜੀਆਂ ਚੀਜ਼ਾਂ ਸਾਡੇ ਕਲਚਰ ਵਿੱਚ ਇਹ ਨਹੀਂ ਆਉਂਦੀਆਂ ਅਸੀਂ ੱੱੱਕੇ ਦੇ ਨਾਲ ਅਡਾਪਟ ਕਰ ਲਈਆਂ ਉਹ ਜਿਹੜਾ ਖਾਣ ਪੀਣ ਸਾਡਾ ਜਦੋਂ ਉਸ ਚੱਕਰ 'ਚ ਅਸੀਂ ਚੱਕਰ ਵੀ ਕਹਾਂਗਾ ਉਹਦੇ ਵਿੱਚ ਫਸ ਗਿਆ ਨਾ ਆਪਾਂ ਆ ਪੀਜ਼ੇ 버ਗਰ ਜੰਨੀਆਂ ਵੀ ਮੈਦੇ ਵਾਲੀਆਂ ਚੀਜ਼ਾਂ ਆ ਇਹ ਸਾਡੇ ਖਾਣ ਪੀਣ 'ਚ ਸ਼ਾਮਲ ਹੋ ਗਈਆਂ ਦੇਖੋ ਮੈਦਾ ਬਹੁਤ ਬੁਰਾ ਪ੍ਰਭਾਵ ਪਾਉਂਦਾ ਜੈਰਸ ਤੇ ਵੀ ਔਰ ਲੇਡੀਜ਼ ਦੇ ਉੱਤੇ ਵੀ ਔਰ ਲਾਈਫ ਸਟਾਈਲ ਸਾਡਾ ਇਦਾਂ ਦਾ ਹੋ ਗਿਆ ਵੀ ਅਸੀਂ ਆਰਾਮਦਾਇਕ ਜ਼ਿੰਦਗੀ ਜਿਉਣੀ ਸ਼ੁਰੂ ਕਰ ਲਈ ਜਦੋਂ ਅੱਜਕੱਲ੍ਹ ਘਰਾਂ 'ਚ ਕੀ ਹੋ ਗਿਆ ਕੱਪੜੇ ਵਾਸ਼ਿੰਗ ਮਸ਼ੀਨ 'ਚ ਸੁੱਟਦੇ ਆਂ ਬਟਨ ਦੱਬ ਦਿਓ ਟੀਵੀ ਦਾ ਜੇ ਚੈਨਲ ਵੀ ਬਦਲਣਾ ਤਾਂ ਰਿਮੋਟ ਤੋਂ ਬਦਲ ਹੁੰਦਾ ਪਰ ਉੱਠ ਕੇ ਨਹੀਂ ਜਾਂਦੇ ਮਤਲਬ ਕੋਈ ਵੀ ਕੰਮ ਐ ਜਿਹੜਾ ਏਦਾਂ ਦਾ ਨਹੀਂ ਰਿਹਾ ਕਿ ਅਸੀਂ ਉਹਦੇ ਵਿੱਚ ਸਾਨੂੰ ਲੱਗਦਾ ਹੋਵੇ ਕਿ ਆਪਾਂ ਕੋਈ ਹੱਥੀ ਮਿਹਨਤ ਕਰ ਰਹੇ ਆਂ ਉਤੋਂ ਖਾਣ ਪੀਣ ਸਾਡਾ ਉਹ ਜਿਹਾ ਹੋ ਗਿਆ ਤੇ ਫਿਰ ਲੇਡੀਜ਼ ਨੂੰ ਬਹੁਤ ਸਾਰੀਆਂ ਪ੍ਰੋਬਲਮ ਆ ਰਹੀਆਂ ਇੱਕ ਤਾਂ ਦੇਖੋ ਮੋਟਾਪਾ ਜਿਹੜਾ ਬਹੁਤ ਵੱਡਾ ਕਾਰਨ ਬਣਦਾ ਹੈਗਾ ਹੈ ਨਾ ਜਿੱਥੇ ਕੁਝ ਕੁ ਲੋਕ ਨੇ ਜਿਹੜੇ ਇਹ ਸੋਚਦੇ ਨੇ ਔਰ ਕਮੈਂਟ ਵੀ ਇਸੇ ਤਰੀਕੇ ਨਾਲ ਵੀਡੀਓ ਦੇ ਵਿੱਚ ਕਰ ਰਹੇ ਸੀ ਕਿ ਧੁੰਨ ਦੇ ਵਿੱਚ ਬੂੰਦਾਂ ਪਾਉਣ ਨਾਲ ਜਿਹੜੇ ਪ੍ਰੈਗਨੈਂਸੀ ਓਕੇ ਵੀ ਹੋਣੀ ਹੈ ਜਰਾ ਉਹਨਾਂ ਨੂੰ ਵੀ ਤੁਸੀਂ ਐਕਸਪਲੇਨ ਕਰੋ ਕਿ ਕੀ ਹੁੰਦਾ ਹੈ ਅਸਲ ਹਕੀਕਤ ਲੋਕ ਸਮਝਣ ਹੂੰ ਦੇਖੋ ਐਕਚੁਅਲੀ ਜਿਹੜੀ ਇਹ ਨੀਵਲ ਅਮਰਤ ਹੈਗੀ ਆ ਜਦੋਂ ਆਪਾਂ ਨਾਭੀ ਦੇ ਵਿੱਚ ਪਾਉਂਦੇ ਆ ਜਿੱਦਾਂ ਅਸੀਂ ਪਹਿਲਾਂ ਵੀ ਤੁਹਾਡੇ ਨਾਲ ਜ਼ਿਕਰ ਕੀਤਾ ਸੀ ਇਸ ਗੱਲ ਦਾ ਕਿ ਨੀਵਲ ਅੰਮ੍ਰਿਤ ਬਾਡੀ ਦੇ ਸੈੱਲ ਤੇ ਕੰਮ ਕਰਦੇ ਆ ਔਰ ਸਾਡਾ ਸਾਰਾ ਸਰੀਰ ਸੈੱਲਾਂ ਦਾ ਬਣਿਆ ਹੋਇਆ ਔਰ ਜਿਹੜਾ ਬੱਚਾ ਵੀ ਪੈਦਾ ਹੋਣਾ ਉਹ ਵੀ ਸਾਡੇ ਸੈੱਲਾਂ ਦੇ ਨਾਲ ਸੰਬੰਧਤ ਹੈਗਾ ਠੀਕ ਹੈ ਜਦੋਂ ਆਪਾਂ ਨੀਵਲ ਅੰਮ੍ਰਿਤ ਯੂਜ਼ ਕਰਦੇ ਹੈਗੇ ਆ ਹਰ ਪ੍ਰਕਾਰ ਦੀ ਜਿਹੜੀ ਸਮੱਸਿਆ ਲੇਡੀਜ਼ ਨੂੰ ਆ ਰਹੀ ਆ ਔਰ ਉਸ ਸਮੱਸਿਆ ਨੂੰ ਇਹ ਦੂਰ ਕਰਨ ਦੇ ਵਿੱਚ ਸਾਰਥਕ ਯੋਗਦਾਨ ਨਿਭਾਉਂਦੀ ਹੈਗੀ ਆ ਜਿਹੜੀ ਨੀਵਲ ਅੰਮ੍ਰਿਤ ਹੈ ਇਹਦੇ ਵਿੱਚ ਆਪਾਂ ਜੇ ਗੱਲ ਕਰੀਏ ਜਦਾ ਲੇਡੀਜ਼ ਨੂੰ ਜਿਹੜੀਆਂ ਪ੍ਰੋਬਲਮ ਆ ਰਹੀਆਂ ਜ਼ਿਆਦਾਤਰ पीसीओडी दी प्रॉब्लम ਆ ਰਹੀ ਆ ਬਹੁਤ ਜ਼ਿਆਦਾ ਸਮੱਸਿਆ ਐਦਾਂ ਦੀ पीसीओडी ਹੈਗੀ ਆ ਜਿਹਤੋਂ ਲੇਡੀਜ਼ ਯੂਜ਼ ਰਹੀਆਂ ਹੈਗੀਆਂ ਠੀਕ ਆ ਸੀ ਯੂਟਰਸ ਦੇ ਵਿੱਚ ਫਾਈਬਰੋਇਡ ਹੋ ਗਈਆਂ ਜੋ ఓਵਰੀ ਦੇ ਵਿੱਚ ਸਿਸਟ ਹੋ ਗਈਆਂ ਹਾਰਮੋਨਲ ਬੈਲੈਂਸ ਹੋ ਰਹੇ ਆ ਲੇਡੀਜ਼ ਦੇ ਥਾਇਰੋਇਡ ਬਹੁਤ ਵੱਡਾ ਕਾਰਨ ਬਣ ਰਿਹਾ ਢਟਾਪਾ ਇਹਦੀ ਕਰਕੇ ਆ ਜਾਂਦਾ ਹੈਗਾ ਸੋ ਇਦਾਂ ਦੀਆਂ ਸਮੱਸਿਆਵਾਂ ਜਿਹੜੀਆਂ ਆ ਰਹੀਆਂ ਔਰ ਜਦੋਂ ਆਪਾਂ ਨੇਵਲ ਨੰਬਰ ਤੇ ਯੂਜ਼ ਕਰਦੇ ਆں ਬੇਸ਼ੱਕ ਇਹ ਤੁਹਾਨੂੰ ਦੇ ਵਿੱਚ ਪਾਉਣੀਆਂ ਨਾਭੀ ਦੇ ਵਿੱਚ ਪਾਉਣੀ ਹੈ ਇਹਦੀਆਂ ਡ੍ਰੌਪਸ ਔਰ ਇਹ ਇਕ ਤਾਇ ਦੇ ਵਿੱਚ ਇਹ ਚੀਜ਼ ਹੈਗੀ ਆ ਕਿ ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕੀਤੀ ਆ ਕਿ ਬਾਤ ਪਿੱਤ ਔਰ ਕਫ ਨੂੰ ਬੈਲੈਂਸ ਕਰਦਾ ਜਿਹੜੇ ਵੀਕ ਹੋਏ ਉਹ ਸੈੱਲ ਆ ਉਹਨਾਂ ਸੈੱਲਾਂ ਨੂੰ ਪੋਸ਼ਣ ਦੇ ਕੇ ਇਹਨੇ ਰੀਐਕਟਿਵ ਕਰਨਾ ਹੁੰਦਾ ਰੀਜਨਰੇਟ ਕਰਨਾ ਹੁੰਦਾ ਔਰ ਬਾਡੀ ਸਾਡੀ ਸੈੱਲਾਂ ਦੀ ਬਣੀ ਹੋਈ ਆ ਔਰ ਜਿਹੜਾ ਸਾਡਾ ਆਰਗਨ ਹੈ ਸਾਡੀ ਯੂਟਰਸ ਹੈ ਇਹਦੇ ਵਿੱਚ ਵੀ ਸੈੱਲ ਹੈਗੇ ਆ ਔਰ ਉਹ ਸੈੱਲ ਵੀ ਜਿਹੜੇ ਹੈਗੇ ਆ ਉਹ ਐਕਟਿਵ ਹੋਣੇ ਸ਼ੁਰੂ ਹੋ ਜਾਂਦੇ ਆ ਅਗਰ ਟਿਊਬਾਂ ਵੀ ਬੰਦ ਹੈਗੀਆਂ ਤਾਂ ਨੇਵਲ ਅਮਰਤ ਖੁੱਲਣੀਆਂ ਸ਼ੁਰੂ ਕਰ ਦਿੰਦੀ ਆ ਔਰ ਅਗਰ ਫਾਈਬਰ ਡਾਜਨ ਉਹ ਆਪਾਂ ਮਾਸ ਵਾਲੀਆਂ ਰਸੋਲੀਆਂ ਕਹਿ ਦਿੰਨੇ ਆ ਉਹ ਖਤਮ ਹੋਣੀਆਂ ਸ਼ੁਰੂ ਹੋ ਜਾਂਦੀਆਂ ਪਾਣੀ ਵਾਲੀਆਂ ਰਸੋਲੀਆਂ ਖਤਮ ਹੋਣੀਆਂ ਸ਼ੁਰੂ ਹੋ ਜਾਂਦੀਆਂ ਪੀਸੀਓਡੀ ਜਿਹੜੀ ਹੈਗੀ ਆ ਉਹ ਖਤਮ ਹੋਣੇ ਸ਼ੁਰੂ ਹੋ ਜਾਂਦੀ ਜਿਹੜਾ ਸਾਡਾ ਲੇਡੀਜ਼ ਨੂੰ ਜਿਹੜੇ ਪੀਰੀਅਡਸ ਆਉਂਦੇ ਹੈਗੇ ਉਹਨਾਂ ਦਾ ਸਾਈਕਲ ਹੈ ਜਿਹੜਾ ਮੰਥਲੀ ਸਾਈਕਲ ਹੈ ਉਹਨੂੰ ਰੈਗੂਲਰ ਕਰ ਦਿੰ ਜਦੋਂ ਜਿਹੜੀਆਂ ਪ੍ਰੋਬਲਮ ਆ ਜਿੰਨੀਆਂ ਵੀ ਲੇਡੀਜ਼ ਨੂੰ ਆ ਰਹੀਆਂ ਹੈਗੀਆਂ ਉਹ ਉਸ ਬੇਸਿਕ ਦੇ ਉੱਤੇ ਨਿਵਲ ਅਮਰਤ ਨੇ ਕੰਮ ਕਰਨਾ ਹੁੰਦਾ ਜਦੋਂ ਬੇਸਿਕ ਤੇ ਕੰਮ ਹੋ ਜਾਂਦਾ ਤੇ ਆਪਣੇ ਆਪ ਜਿਹੜੀ ਸਾਡੀ ਸਮੱਸਿਆ ਹੈਗੀ ਆ ਉਹ ਹੱਲ ਹੋਣੀ ਸ਼ੁਰੂ ਹੋ ਜਾਂਦੀ ਆ ਔਰ ਇਸੇ ਕਰਕੇ ਸਾਨੂੰ ਜਿਹੜੇ ਹੈਗਾ ਰਿਜ਼ਲਟ ਮਿਲ ਰਿਹਾ ਹੈ ਔਰ ਸਾਨੂੰ ਖੁਦ ਨੂੰ ਬੜੀ ਖੁਸ਼ੀ ਹੁੰਦੀ ਆ ਅੱਜ ਵੀ ਜਦੋਂ ਅਸੀਂ ਇੱਥੇ ਆਏ ਆ ਦੇਖੋ 7 ਸਾਲ ਦਾ ਇੱਕ ਟਾਈਮ ਪੀਰੀਅਡ ਬਹੁਤ ਲੰਮਾ ਟਾਈਮ ਪੀਰੀਅਡ ਹੁੰਦਾ ਹੈਗਾ ਜਦੋਂ ਘਰ ਦੇ ਵਿੱਚ ਇੱਕ ਬੱਚਾ ਬੇਸ਼ੱਕ ਪਹਿਲਾ ਵੀ ਸਗਾ ਔਰ ਜਦਾਂ ਫੈਮਿਲੀ ਦੱਸ ਕੇ ਹਟ ਜਾਵੇ ਪਰਿਵਾਰ ਦੇ ਵਿੱਚ ਹੋਰ ਕੋਈ ਨਹੀਂ ਹੈਗਾ ਔਰ ਉਹ ਸੋਚਦੇ ਆ ਵੀ ਅ ਕਰ ਦੇ ਵਿੱਚ ਇੱਕ ਜੀ ਹੋਰ ਆਵੇ ਹੈ ਨਾ ਤੇ ਉਹ ਜਦੋਂ 7 ਸਾਲ ਦਾ ਸਮਾਂ ਇਹ ਲੰਘਿਆ ਹੋਊ ਔਰ ਦਸ ਵੀ ਰਹੇ ਆ ਕਿ ਹਰ ਜਗ੍ਹਾ ਤੋਂ ਇਲਾਜ ਕਰਾਏ ਪਰ ਇਹ ਗੱਲ ਵੀ ਸਹੀ ਹੈਗੀ ਆ ਕਿ ਅੱਜਕੱਲ ਨਾ ਤਾਂ ਸਹੀ ਗਾਈਡੈਂਸ ਮਿਲ ਰਹੀ ਆ ਕਿਤੇ ਉਹ ਕਿਉਂਕਿ ਲੋਕ ਜਿਹੜੇ ਹੈਗੇ ਆ ਖਾਸ ਕਰਕੇ ਜਿਹੜੇ ਇਦਾਂ ਦੇ ਜੋੜੇ ਆ ਨਾ ਉਹਨਾਂ ਦਾ ਮਾਨਸਿਕ ਔਰ ਆਰਥਿਕ ਸ਼ੋਸ਼ਣ ਬਹੁਤ ਕੀਤਾ ਜਾਂਦਾ ਹੈ ਦਿਮਾਗ ਨਾਲ ਖੇਡਿਆ ਜਾਂਦਾ ਹੈ ਜੈਂਟਸ ਨੂੰ ਲੋਕ ਕੁਝ ਕਹੀ ਜਾਂਦੇ ਆ ਡਾਕਟਰਾਂ ਦਾ ਵੀ ਇਹ ਹਾਲ ਹੈ ਜਾੜ ਸੁਣੂ ਕਹਿ ਦੇਣਾ ਵੀ ਤੇਰੀ ਵਾਈਫ 'ਚ ਕਮੀ ਆ ਵਾਈਫ ਨੂੰ ਕਹੀ ਜਾਣਾ ਤੇਰੇ ਘਰ ਵਾਲੇ 'ਚ ਕਮੀ ਆ ਕੱਠਿਆਂ ਨੂੰ ਕੱਠਿਆਂ ਦੀ ਕਾਉਂਸਲਿੰਗ ਨਹੀਂ ਕਰਨੀ ਬੈਠ ਕੇ ਇੱਕ ਨੂੰ ਬਾਹਰ ਭੇਜ ਦੇਣਾ ਮਤਲਬ ਬੜਾ ਗੁੰਮਰਾਹ ਕੀਤਾ ਜਾਂਦਾ ਦੋਏ ਹਸਬੰਡ ਵਾਈਫ ਦੇ ਜਿਹੜੇ ਹੈਗੇ ਆ ਰਿਲੇਸ਼ਨ ਦੇ ਵਿੱਚ ਬੜੀ ਤਕਰਾਰ ਪੈਦਾ ਕਰ ਦਿੰਦੇ ਹੈਗੇ ਕਿਉਂਕਿ ਦੋਨਾਂ ਨੇ ਸਮਝੀ ਜਾਣ ਉਹ ਚ ਕਮੀ ਹੋਣੀ ਸਮਝੀ ਜਾਣ ਉਹਦੇ ਵਿੱਚ ਕਮੀ ਆ ਅੰਦਰੋਂ ਅੰਦਰੀ ਹਨਾ ਬੜਾ ਕੁਝ ਚੱਲਦਾ ਹੈਗਾ ਸੋ ਇਹ ਮਾਨਸਿਕ ਜਿਹੜਾ ਹੈਗਾ ਆ ਸ਼ੋਸ਼ਣ ਕੀਤਾ ਜਾਂਦਾ ਔਰ ਇਸੇ ਚੱਕਰ ਦੇ ਵਿੱਚ ਆਰਥਿਕ ਸ਼ੋਸ਼ਣ ਵੀ ਹੋ ਜਾਂਦਾ ਕਿਉਂਕਿ ਉਹਨਾਂ ਨੇ ਫੇ ਬੇਵਜ੍ਹਾ ਹੀ ਦੇਖੋ ਕਮੀ ਇੱਕ ਦੇ ਵਿੱਚ ਜਾਂ ਦੁਵਾਈਆਂ ਦੋਨਾਂ ਨੂੰ ਲਈ ਜਾਣੀਆਂ ਤਾਂ ਪੈਸਿਆਂ ਦੀ ਲੁੱਟ ਖਸੁੱਟ ਵੀ ਲੋ ਕਰਦੇ ਹੈਗੇ ਲੇਕਿਨ ਵੱਲੋਂ ਮਰਦ ਜਿਹੜੀ ਹੈਗੀ ਆ ਜਦੋਂ ਆਪਾਂ ਸਾਡੇ ਕੋਲ ਕੋਈ ਪੇਸ਼ੈਂਟ ਆਉਂਦਾ ਸੀ ਜਦੋਂ ਬੈਠ ਕੇ ਕਾਉਂਸਲਿੰਗ ਕਰਦੇ ਅਸੀਂ ਰਿਪੋਰਟਸ ਚੈੱਕ ਕਰਦੇ ਆ ਅਸੀਂ ਜਦੋਂ ਸਾਨੂੰ ਪਤਾ ਲੱਗਦਾ ਕਿ ਕਿਹਦੀ ਪ੍ਰੋਬਲਮ ਹੈ ਅਗਰ ਕਿਸੇ ਜੇ ਬੰਦੇ ਦੀ ਪ੍ਰੋਬਲਮ ਹੈ ਤਾਂ ਅਸੀਂ ਮੈਡੀਸਨ ਬੰਦੇ ਨੂੰ ਰეკਮੈਂਡ ਕਰਦੇ ਆ ਅਗਰ ਲੇਡੀਜ਼ ਦੇ ਵਿੱਚ ਪ੍ਰੋਬਲਮ ਹੈਗੀ ਆ ਤਾਂ ਅਸੀਂ ਉਹ ਜਿਹੜੀ ਮੈਡੀਸਨ ਹੈਗੀ ਆ ਉਹ ਔਰਥੋ ਨੂੰ ਰეკਮੈਂਡ ਕੀਤੀ ਜਾਂਦੀ ਆ ਦੋਹਾਂ ਨੂੰ ਅਸੀਂ ਨਹੀਂ ਦਿੰਦੇ ਜਿਹਦੇ ਵਿੱਚ ਕਮੀਆਂ ਉਹਨੂੰ ਜਦੋਂ ਅਸੀਂ ਮੈਡੀਸਨ ਇਹ ਦਿੰਨੇ ਹੈਗੀਆਂ ਤੇ ਉਹ ਕਮੀ ਦੂਰ ਹੁੰਦੀ ਆ ਔਰ ਘਰ ਦੇ ਵਿੱਚ ਖੁਸ਼ੀਆਂ ਆ ਜਾਂਦੀਆਂ ਤੇ ਕੁਦਰਤ ਦੀ ਬੜੀ ਕਿਰਪਾ ਹੈ ਜੀ ਮੈਡੀਸਨ ਦੇ ਉੱਤੇ ਜੀ ਜੀ ਤੁਹਾਨੂੰ ਵੀ ਇਦਾਂ ਦੀ ਦਿੱਕਤ ਸੀ ਮੈਨੂੰ ਤੁਹਾਨੂੰ ਕੀ ਦਿੱਕਤ ਸੀ ਮੈਨੂੰ ਪ੍ਰੋਬਲਮ ਸੀ ਪੀਰੀਅਡ ਦੀ ਪੀੜ ਸਹੀ ਨਹੀਂ ਆ ਰਹੇ ਸੀ ਗੈਸ ਪ੍ਰੋਬਲਮ ਵੀ ਸੀ ਹਾਂਜੀ ਜੀ 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 ਸੋ ਨਾਲ ਦੇ ਨਾਲ ਜਿਸ ਤਰੀਕੇ ਨਾਲ ਡਾਕਟਰ ਹੁਣਨ ਡਾਕਟਰ ਡਾਕਟਰ ਸੰਜੀਵ ਹੁਣਨ ਦੱਸਿਆ ਕਿ ਕਿਵੇਂ ਜਿਹੜੀਆਂ ਦਿੱਕਤਾਂ ਪਰੇਸ਼ਾਨੀਆਂ ਆਉਂਦੀਆਂ ਨੇ ਤੇ ਕਿਵੇਂ ਫਿਰ ਉਹਨਾਂ ਦਾ ਹੱਲ ਹੈ ਸਹੀ ਗਾਈਡੈਂਸ ਦੇ ਨਾਲ ਨੇਵਲ ਅੰਮ੍ਰਿਤ ਵੱਲੋਂ ਸਾਰੇ ਟੀਮ ਵੱਲੋਂ ਜਿਹੜਾ ਕੀਤਾ ਜਾਂਦਾ ਸੋ ਇਸ ਚੀਜ਼ ਨੂੰ ਇੰਟਰੋਡਿਊਸ ਜਿਹੜੀ ਕਰਵਾਉਣ ਵਾਲੇ ਲੋਕਾਂ ਦੇ ਵਿੱਚ ਜਾਣ ਪਹਿਚਾਨ ਕਰਵਾਉਣ ਵਾਲੇ ਹਰਦੀਪ ਜੀ ਨੇ ਸਾਡੇ ਨਾਲ ਹਰਦੀਪ ਜੀ ਅੱਜ ਫੇਰ ਤੁਸੀਂ ਰੌਣਕਾਂ ਲਾਈਆਂ ਨੇ ਬੜੀ ਕਿਰਪਾ ਹੈ ਤੁਹਾਡੇ ਤੇ ਅਰੇ ਇਸ ਪਰਿਵਾਰ ਦੇ ਉੱਤੇ ਹੋ ਰਹੀ ਹੈ ਪਰਮਾਤਮਾ ਦੀ ਕੀ ਕਹੋਗੇ ਇਸ ਮੌਕੇ ਥੈਂਕ ਯੂ ਬਾਜੀ ਤੁਹਾਡਾ ਵੀ ਕਿਉਂਕਿ ਤੁਸੀਂ ਇਹਨਾਂ ਵਿੱਚ ਤੁਹਾਡਾ ਵੀ ਬਹੁਤ ਵੱਡਾ ਹੱਥ ਹੈ ਕਿਉਂਕਿ ਬਹੁਤ ਸਾਰੇ ਜੋੜੇ ਜਿਹੜੇ ਥੋੜੇ ਕਰਕੇ ਮੈਡੀਸਨ ਲੈ ਕੇ ਜਾ ਰਹੇ ਆ ਔਰ ਉਹਨਾਂ ਦੇ ਘਰੇ ਕਿਤੇ ਨਾ ਕਿਤੇ ਅੱਜ ਰੌਣਕਾਂ ਹੋਈਆਂ ਔਰ ਪ੍ਰੈਗਨਨਸੀ ਥੋੜੇ ਦਿਨ ਪਹਿਲਾਂ ਹੋਇਆ ਕਿ ਇੱਕ ਪ੍ਰੈਗਨਨਸੀ ਹੋਰ ਹੋਈ ਆ ਸੋ ਉਹ ਵੀਡੀਓ ਤੁਹਾਡੀ ਦੇਖੀ ਸੀ ਉਹਨਾਂ ਨੇ ਜਿਹੜੇ ਲੋਕ ਕਮੈਂਟ ਕਰਦੇ ਆ ਨਾ ਮੈਂ ਉਹਨਾਂ ਨੂੰ ਇੱਕ ਗੱਲ ਕਹਿਣਾ ਜਦੋਂ ਥੋੜੇ ਨਹੀਂ ਨਾ ਬੱਚਾ ਹੋਗਾ ਫਿਰ ਪੱਚ ਕਮੈਂਟ ਕਰਕੇ ਦੇਖਿਓ ਥੱਲੇ ਕਿ ਕਿੱਥੇ ਮੈਡੀਸਨ ਲੋਕੀ ਨਾ ਸਿਵਿਆਂ ਚ ਜਾ ਕੇ ਮੱਥੇ ਵੀ ਟੇਕਦੇ ਆ ਪਰ ਉਸ ਪਰਿਵਾਰ ਨੂੰ ਪੁੱਛ ਕੇ ਦੇਖਿਆ ਜਾਵੇ ਜਿਹਦੇ ਬੱਚਾ ਨਹੀਂ ਹੈਗਾ ਉਹਨੂੰ ਪੁੱਛ ਕੇ ਦੇਖਿਆ ਜਾਵੇ ਥੱਲੇ ਕਮੈਂਟ ਲਿਖਣਾ ਬਹੁਤ ਸੌਖਾ ਬ੍ਰਦਰ ਬਹੁਤ ਸੌਖਾ ਜਿਆ ਆ ਕਿ ਇਦਾਂ ਵੀ ਕਿੱਦਾਂ ਹੋ ਜਾਊਗਾ ਇੱਕ ਬੱਚਾ ਜਿਹਦੇ ਘਰੇ ਆ ਜਾਣਾ ਨਾ ਉਹ ਉਹਨੂੰ ਉਹਨੂੰ ਉਹਦੇ ਲਈ ਸ਼ਾਇਦ ਇਹ ਦਵਾਈ ਨਹੀਂ ਰੱਬ ਹੈ ਸਹੀ ਹੈ ਸੋ ਮੈਂ ਮੈਂ ਉਹਨਾਂ ਦੋਸਤਾਂ ਨੂੰ ਜ਼ਰੂਰ ਕਹਾਂਗਾ ਕਿ ਜੇਕਰ ਅਸੀਂ ਕਿਸੇ ਨੂੰ ਚੰਗੀ ਸਲਾਹ ਨਹੀਂ ਦੇ ਦਈਏ ਤਾਂ ਕਿਸੇ ਦਾ ਮਨੋਵਲ ਵੀ ਨਾ ਕਰਵਾਈਏ ਜੇ ਮਨੋਵਲ ਗਿਰਜੂਗਾ ਨਾ ਕਿਸੇ ਦਾ ਤਾਂ ਹੋ ਸਕਦਾ ਉਹ ਮੈਡੀਸਨ ਨਾਲ ਆਵੇ ਹੋ ਸਕਦਾ ਤੁਸੀਂ ਉਹਦੇ ਭਾਗੀਦਾਰ ਹੋ ਮੂ ਕਿ ਉਹਨਾਂ ਦੇ ਬੱਚਾ ਨਾ ਆਵੇ ਸੋ ਮੇਰੇ ਹਿਸਾਬ ਨਾਲ ਕਮੈਂਟ ਕਦੇ ਕਿਸੇ ਨੂੰ ਗਲਤ ਨਹੀਂ ਕਰਨਾ ਚਾਹੀਦਾ ਜੇ ਆਪ ਯੂਜ਼ ਨਹੀਂ ਕੀਤੀ ਆਪ ਯੂਜ਼ ਕਰੋ ਔਰ ਪ੍ਰੋਪਰ ਯੂਜ਼ ਕਰੋ ਜੇ ਨਹੀਂ ਹੋਗਾ ਤਾਂ ਵਾਪਸ ਪੈਸੇ ਮੇਰੇ ਤੋਂ ਲੈ ਜਾਓ ਬਹੁਤ ਵੱਡਾ ਦਾਵਾ ਤੁਸੀਂ ਕਰ ਰਹੇ ਹੋ ਬਿਲਕੁਲ ਭਾਈ ਦੇਖੋ ਪ੍ਰੋਪਰ ਜਿੱਦਾਂ ਸਾਡੀ ਡਾਕਟਰਸ ਟੀਮ ਪ੍ਰੋਪਰ ਗਾਈਡ ਕਰਦੀ ਉਹਦਾ ਕਰੋ ਨਹੀਂ ਤਾਂ 1650 ਜਦੋਂ ਮਰਜ਼ੀ ਮੇਰੇ ਤੋਂ ਆਗੇ ਛੱਡੋ ਪੈਸੇ ਵੀ ਨੂੰ ਲਾਓ ਤੁਸੀਂ ਦਵਾਈ ਲੈ ਜਾਓ ਔਰ ਤੁਸੀਂ ਠੀਕ ਹੋ ਜਾਓ ਮੇਰੇ ਲਈ ਇਹ ਬਹੁਤ ਬੈਸਟ ਹੈ ਪੈਸਾ ਨਹੀਂ ਚਾਹੀਦਾ ਪੈਸਾ ਬਹੁਤ ਹੈ ਮਾਲਕ ਨੇ ਦਿੱਤਾ ਹੋਇਆ ਆ ਕੀ ਕਰਨਾ ਜਦੋਂ ਆ ਖੁਸ਼ੀ ਮਿਲਦੀ ਹੈ ਨਾ ਬਾਜੀ ਕੋਈ ਕੁਝ ਨਹੀਂ ਇੱਕ ਤੁਹਾਨੂੰ ਹੋਰ ਕਹਣਾ ਤੁਹਾਡੇ ਚੈਨਲ ਰਾਹੀਂ ਲੋਹੜੀ ਸੈਲੀਬ੍ਰੇਟ ਕਰਾਂਗੇ ਠੀਕ ਹੈ ਜੀ ਆਪਣੀਆਂ ਬੱਚੀਆਂ ਦੀ ਜਿਹੜੇ ਬੱਚੇ ਹੋਏ ਉਹਨਾਂ ਦੀ ਲੋਹੜੀ ਸੈਲੀਬ੍ਰੇਟ ਕਰਾਂਗੇ ਔਰ ਨੇਵਲ ਅਮਰਤ ਦੀ ਪੂਰੀ ਟੀਮ ਉਹਨਾਂ ਸਾਰਿਆਂ ਨੂੰ ਆਪਣੇ ਘਰ ਬੁਲਾਉਗੀ ਕੀ ਆਵਾਜ਼ ਠੀਕ ਹੈ ਨਾ ਸੋ ਦੇਖੋ ਇਹ ਬਹੁਤ ਵੱਡਾ ਇੱਕ ਅਨਾਉਂਸਮੈਂਟ ਹੈਗੀ ਹੈ ਜਿਹੜੀ ਅੱਜ ਨੇਵਲ ਅੰਮ੍ਰਿਤ ਵੱਲੋਂ ਕੀਤੀ ਜਾ ਰਹੀ ਹੈ ਕਿ ਜਿੰਨੇ ਵੀ ਠੀਕ ਹੋਏ ਨੇ ਜਿਨ੍ਹਾਂ ਦੇ ਵੀ ਜੋੜਿਆਂ ਦੇ ਉੱਤੇ ਪਰਮਾਤਮਾ ਦੀ ਬਖਸ਼ਿਸ਼ ਹੋਈ ਹੈ ਪਰਮਾਤਮਾ ਨੇ ਉਹਨਾਂ ਦੇ ਘਰੇ ਕੁਲਕਾਰੀਆਂ ਮਾਰੀਆਂ ਨੇ ਤੇ ਉਹ ਕੁਲਕਾਰੀਆਂ ਜਿਹੜੀਆਂ ਲੋੜੀ ਮੌਕੇ ਹੁਣ ਨੇਵਲ ਅੰਮ੍ਰਿਤ ਦੇ ਜਿਹੜੇ ਕਲੀਨਿਕ ਦੇ ਉੱਤੇ ਹੁਣ ਪੈਣ ਗਈਆਂ ਜੀ ਕੁਲਕਾਰੀਆਂ ਫਿਰ ਲੋੜੀ ਵਾਲੇ ਦੇ ਬਿਲਕੁਲ ਭਾਜੀ ਬਿਲਕੁਲ ਜੀ ਇੱਕ ਕਲੀਨਿਕ ਹੀ ਇਹਨਾਂ ਦਾ ਆ ਇਨਾ ਬੱਚਿਆਂ ਦਾ ਇੱਕ ਕਲੀਨਿਕ ਸਾਡਾ ਨਹੀਂ ਹੈਗਾ ਇਹ ਆਮ ਪਬਲਿਕ ਦੀ ਚੀਜ਼ ਮੈਂ ਹਰ ਪਿਛਲੀ ਵੀਡੀਓ ਤੁਹਾਨੂੰ ਕਿਹਾ ਸੀ ਇਹ ਮੈਡੀਸਨ ਕੁਦਰਤ ਨੇ ਦਿੱਤੀ ਹੋਈ ਆ ਕੁਦਰਤ ਨਾਲ ਖਿਲਵਾੜ ਆਪਾਂ ਕਦੇ ਕਰ ਨਹੀਂ ਸਕਦੇ ਸੋ ਜੇ ਜਦੋਂ ਵੀ ਅਸੀਂ ਕੁਦਰਤ ਨਾਲ ਖਿਲਵਾੜ ਕੀਤਾ ਤਾਂ ਕੁਦਰਤ ਨੇ ਸਾਨੂੰ ਲਾਸ ਬਹੁਤ ਦਿੱਤਾ ਇਸ ਕਰਕੇ ਮੇਰੀ ਰਿਕਵੈਸਟ ਆ ਸਾਰਿਆਂ ਨੂੰ ਕਿ ਕੁਦਰਤ ਨਾਲ ਖਿਲਵਾੜ ਬੰਦ ਕਰ ਦਈਏ ਠੀਕ ਹੈ ਨਾ ਕਿ ਕੁਦਰਤੀ ਤਰੀਕੇ ਨਾਲ ਬਹੁਤ ਕੁਝ ਹੈਗਾ ਸਾਡੇ ਕੋਲ ਜੀ 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 ਸਰ ਜੀ ਜੀ ਸੋ ਸਾਡੇ ਨਾਲ ਇੱਥੇ ਡਾਕਟਰ ਅਨੀਤਾ ਵੀ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਜਿਹੜਾ ਇਸ ਤਰੀਕੇ ਨਾਲ ਜਦੋਂ ਕਰ ਦੇ ਵਿੱਚ ਦਿੱਕਤਾਂ ਜਾਂ ਔਰਤ ਦੇ ਸਰੀਰ ਦੇ ਵਿੱਚ ਜਦੋਂ ਪਰੇਸ਼ਾਨੀਆਂ ਹੁੰਦੀਆਂ ਨੇ ਤਾਂ ਕਿਹੋ ਜਿਹੀ ਜਿਹੜੀਆਂ ਸਮੱਸਿਆਵਾਂ ਜਨਮ ਲੈ ਲੈਂਦੀਆਂ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਕੇ ਸਮਝਣ ਦੀ ਕੋਸ਼ਿਸ਼ ਕਰਾਂਗੇ ਬਹੁਤ ਬਹੁਤ ਸਵਾਗਤ ਹੈ ਡਾਕਟਰ ਸਾਹਿਬਾ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਥੈਂਕ ਯੂ ਸਰ ਅੱਛਾ ਸਾਰਾ ਮਾਹੌਲ ਦੇਖ ਕੇ ਤੁਹਾਨੂੰ ਕੀ ਲੱਗਦਾ ਹੈ ਅੱਜ ਕੱਲ ਦਾ ਜਿਸ ਤਰ੍ਹਾਂ ਸਿਸਟਮ ਹੈਗਾ ਸਾਡਾ ਖਾਣ ਪਾਣ ਦਾ ਜਾਂ ਸਾਡੇ ਸੌਣ ਦਾ ਜਾਂ ਸਾਡੀ ਬਿਮਾਰੀਆਂ ਵਾਲੇ ਪਾਸੇ ਤੋਂ ਹੱਲ ਵੱਲ ਜਾਣ ਦਾ ਕਿੰਨਾ ਖਰਾਬ ਹੋ ਚੁੱਕਿਆ ਸਰ ਦੇਖਿਆ ਜਾਵੇ ਤਾਂ ਕਾਫੀ ਖਰਾਬ ਹੈ ਖਾਣ ਪੀਣ ਦਾ ਸਭ ਤਾਂ ਹੈ ਕਿ ਹੈ ਲੜਕੀਆਂ ਦੇਖੋ ਸਰ ਬਚਪਨ ਦੇ ਵਿੱਚ ਕੁਝ ਕਿ ਇਦਾਂ ਦੀਆਂ ਬਿਮਾਰੀਆਂ ਨਾਲ ਲੱਗ ਜਾਂਦੇ ਜਿਹੜਾ ਆਪਣੇ ਪੇਰੈਂਟਸ ਨਾਲ ਵੀ ਨਹੀਂ ਕਲੀਅਰ ਕਰ ਪਿੰਦੇ ਜਿਦਾਂ ਲਕੋਰੀਆ ਹੋ ਗਿਆ ਪੀਰੀਅਡਸ ਦੀ ਪ੍ਰੋਬਲਮ ਹੋ ਗਈ ਆ ਜਦ ਕਿ ਉਹਨਾਂ ਨੂੰ ਆਪਣੇ ਪੇਰੈਂਟਸ ਨਾਲ ਇਹ ਗੱਲ ਕਲੀਅਰ ਕਰਨੀ ਚਾਹੀਦੀ ਹੈ ਕਾफी ਸ਼ਰਮਾਨੀਆਂ ਰਹਿੰਦੀਆਂ ਹੈ ਇਹ ਚੀਜ਼ ਉਹਨਾਂ ਨੂੰ ਆਪਣੀ ਛੱਡਣੀ ਪੈਂਦੀ ਹੈ ਤੇ ਡਾਕਟਰ ਨਾਲ ਕੰਸਲਟ ਜ਼ਰੂਰ ਕਰਨਾ ਚਾਹੀਦਾ ਹੈ ਇਹ ਚੀਜ਼ ਨੂੰ ਲੈ ਕੇ ਲੇਕਿਨ ਹ ਅਕਸਰ ਦੇਖਿਆ ਜਾਂਦਾ ਹੈ ਕਿ ਜਿਹੜੀ ਸਾਡੀਆਂ ਮਾਵਾਂ ਭੈਣਾਂ ਹੈਗੀਆਂ ਨੇ ਉਸ ਕੰਡੀਸ਼ਨ 'ਚ ਜਾ ਕੇ ਡਿਸਕਸ ਕਰਦੇ ਨੇ ਡਾਕਟਰ ਨਾਲ ਜਾਂ ਆਪਣੇ ਪਰਿਵਾਰ ਨਾਲ ਜਦੋਂ ਕਹਿੰਦੇ ਨੇ ਵੀ ਪਾਣੀ ਪੁਲਾਹੇਠੋਂ ਲੰਘ ਚੁੱਕਿਆ ਹੁੰਦਾ ਹਾਂਜੀ ਸਰ ਇਹ ਤਾਂ ਹੈ ਸਰ ਉਸ ਟਾਈਮ ਜਦੋਂ ਡਾਕਟਰ ਨਾਲ ਕੰਸਲਟ ਕਰਦੇ ਉਹ ਟਾਈਮ ਕਾਫੀ ਲੇਟ ਹੋ ਚੁੱਕਾ ਹੁੰਦਾ ਕੰਮ ਬਲੋਕੇਜ ਹੋ ਚੁੱਕੀ ਹੁੰਦੀ ਹੈ ਕਈ ਵਾਰ ਬੱਚੇ ਤਾਂ ਨਹੀਂ ਵੀਕ ਹੋ ਚੁੱਕੇ ਕੋਈ ਪ੍ਰੋਬਲਮ ਐਨੀ ਵੱਧ ਚੁੱਕੀ ਹੁੰਦੀ ਕਿ ਉਹਨੂੰ ਅਸੀਂ ਕੰਟਰੋਲ ਵੀ ਨਹੀਂ ਕਰ ਸਕਦੇ ਜਿੰਨਾਂ ਅੱਗੇ ਜਾ ਕੇ ਪ੍ਰੈਗਨਨਸੀ 'ਚ ਵੀ ਦਿਕਤਾਂ ਆਂਦੀ ਜੀ ਜੀ ਤੇ ਇਸ ਕਰਕੇ ਡਾਕਟਰ ਨਾਲ ਕੰਸਲਟ ਟਾਈਮ ਨਾਲ ਕਰ ਲੈਣਾ ਚਾਹੀਦਾ ਆ ਇਸ ਵੇਲੇ ਸਭ ਤੋਂ ਵੱਧ ਪ੍ਰੋਬਲਮਸ ਜਿਹੜੀਆਂ ਇਸ ਵੇਲੇ ਤੁਹਾਡੇ ਮੁਤਾਬਕ ਤੁਸੀਂ ਤੁਹਾਡੀ ਲਾਈਨ ਹੈਗੀ ਹੈ ਤੁਹਾਡਾ profession ਹੈਗਾ ਔਰ ਤੁਹਾਨੂੰ ਜ਼ਿਆਦਾਤਰ ਸਮੱਸਿਆਵਾਂ ਕਿਹੜੀਆਂ ਆ ਰਹੀਆਂ ਨੇ ਤੇ ਫਿਰ ਜਿਹੜੀ ਤੁਸੀਂ ਉਹਨਾਂ ਨੂੰ ਵੀ ਜਿਹੜਾ ਬੁੰਦਾਂ ਜਿਹੜੀਆਂ ਤੇਲ ਦੀਆਂ ਜਿਹੜਾ ਤੁਸੀਂ ਦੇ ਰਹੇ ਹੋ ਨੇਵਲ ਅੰਮ੍ਰਿਤ ਉਹ ਰეკਮੈਂਡ ਕਰਦੇ ਹੋ ਹਾਂਜੀ ਸਰ ਬਿਲਕੁਲ ਅਸੀਂ ਆਪਣੀ ਵਾਲ ਅਮ੍ਰਿਤ ਨੂੰ ਰეკਮੈਂਡ ਕਰਦੇ ਆ ਤੇ ਕਿਉਂ ਕਰਕੇ ਜਿੱਦਾਂ ਲਕੋਰੀ ਦੀ ਪ੍ਰੋਬਲਮ ਹੁੰਦੀ ਉਹਦੇ ਚ ਵੀ ਅਸੀਂ ਦਿਨ ਇਹ ਪੀਰੀਅਡ ਸੀ ਉਹ ਵੀ ਬਲੋਕੇਜ ਹੋਵੇ ਕਿਸੇ ਵੀ ਤਰ੍ਹਾਂ ਦੀ ਉਹਦੇ ਵਿੱਚ ਅਸੀਂ ਜਰੂਰ ਰეკਮੈਂਡ ਕਰਦੇ ਆ ਨੀ ਵਾਲ ਅਮ੍ਰਿਤ ਪ੍ਰੈਗਨੈਂਸੀ ਜਦੋਂ ਕਨਸੀਵ ਕਰਨ ਦੇ ਵਿੱਚ ਸਭ ਤੋਂ ਵੱਡੀਆਂ ਬਿਮਾਰੀਆਂ ਇਹੀ ਦਿੱਕਤ ਕਰਦੀਆਂ ਨੇ ਕਿਹੜੀਆਂ ਕਿਹੜੀਆਂ ਬਿਮਾਰੀਆਂ ਨੇ ਜਿਹੜੀ ਸਭ ਤੋਂ ਵੱਧ ਦਿੱਕਤ ਕਰਦੀਆਂ ਨੇ ਕਨਸੀਵ ਕਰਨ ਦੇ ਵਿੱਚ ਸਰ ਦੇਖੋ ਇੱਕ ਤਲਗੋਰੀਏ ਦੀ ਹੋ ਗਈ ਦੂਸਰਾ ਪੀਰੀਅਡਸ ਪ੍ਰੋਬਲਮ ਹੋ ਗਈ ਹੈ ਇਹ ਦੂਸਰਾ ਜਨਸ ਦੇ ਵਿੱਚ ਦੇਖਿਆ ਜਾਂਦਾ ਸਪਰਮ ਦੀ ਪ੍ਰੋਬਲਮ ਹੁੰਦੀ ਹੈ ਕਾਫੀ ਹੱਦ ਤੱਕ ਜਿਨ੍ਹਾਂ ਦੇ ਵਿੱਚ ਕੰਟੀ ਔਰ ਕਟ ਹੁੰਦੇ ਆ ਉਹਨਾਂ ਦੇ ਵਿੱਚ ਵੀ ਇਹ ਜ਼ਿਆਦਾ ਪ੍ਰੋਬਲਮ ਆਂਦੀ ਹੈ ਇਸ ਕਰਕੇ ਲੜਕੀਆਂਗੇ ਤਾਂ ਮੇਰੀ ਇਹੀ ਰਿਕੁਐਸਟ ਹੈ ਕਿ ਆਪਣੇ ਪੈਰੈਂਟਸ ਨਾਲ ਜ਼ਰੂਰ ਇਹ ਗੱਲ ਸ਼ੇਅਰ ਕਰੋ ਤਾਜੇ ਕੇ ਅੱਗੇ ਜਾ ਕੇ ਦਿੱਕਤਾਂ ਨਾ ਆਣ ਉਹਨਾਂ ਨੂੰ ਅੱਜ ਕੱਲ ਜਿਹੜੀ ਦਿੱਕਤ ਹੈ ਜੀ ਮੈਮ ਉਹ ਅਯਾਤਾ ਕੁੜੀਆਂ ਬਹੁਤ ਜ਼ਿਆਦਾ ਮੋਟੀਆਂ ਹੋ ਰਹੀਆਂ ਨੇ ਜਾਂ ਫਿਰ ਬਿਲਕੁਲ ਹੀ ਪਤਲੀਆਂ ਹੁੰਦੀਆਂ ਨੇ ਮਤਲਬ ਸਿਹਤਮੰਦ ਜਿਹੜਾ ਇੱਕ ਢਾਂਚਾ ਹੈਗਾ ਸਰੀਰ ਦਾ ਉਹਦੀ ਤੁਹਾਡੇ ਮੁਤਾਬਕ ਕੀ ਪਰਿਭਾਸ਼ਾ ਹੋਣੀ ਚਾਹੀਦੀ ਹੈ ਸਰ ਦੇਖੋ ਤੇ ਪਹਿਲਾ ਖਾਣ ਪੀਣ ਸਹੀ ਨਹੀਂ ਹੈਗਾ ਪ੍ਰੋਪਰ ਜੋ ਡਾਈਟ ਲੈਣੀ ਚਾਹੀਦੀ ਉਹ ਲੈ ਨਹੀਂ ਰਹੇ ਡਾਈਟ ਲੈ ਰਹੇ ਆ ਫਾਸਟ ਫੂਡ ਹੋ ਗਏ ਘਰ ਦੀ ਜਿਹੜੀ ਚੀਜ਼ ਰੋਟੀ ਬਣੀ ਉਹ ਉਹਨਾਂ ਨੂੰ ਛੱਡ ਕੇ ਫਾਸਟ ਫੂਡ ਵਾਲਾ ਉਹਨਾਂ ਇਸ ਕਰਕੇ ਉਹਨਾਂ ਦੀ ਡਾਈਟ ਦੇਖਿਆ ਜਾਵੇ ਤਾਂ ਸਹੀ ਨਹੀਂ ਹੈਗੀ ਪ੍ਰੋਪਰ ਡਾਈਟ ਨਹੀਂ ਹੈਗੀ ਸਿਹਤ ਦਾ ਖਰਾਬਾ ਖੁਦ ਬਖਦ ਹੋਣੀ ਹੈ ਜੀ ਜੀ ਸੋ ਇਹ ਗੱਲਬਾਤ ਜਿਹੜੀ ਤੁਹਾਨੂੰ ਅਸੀਂ ਕਰਵਾਈ ਹੈ ਇਸ ਵੇਲੇ ਸੋ ਇਸ ਹਨ ਡਾਕਟਰ ਅਨੀਤਾ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਇਸ ਵੇਲੇ ਜਿਹੜੀਆਂ ਬਿਮਾਰੀਆਂ ਨੇ ਆਪਣੇ ਪੈਰ ਪਸਾਰ ਰਹੀਆਂ ਨੇ ਪਰ ਇਸ ਵੇਲੇ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਦੰਨੇ ਆ ਰੀਆ ਦੇ ਘਰ ਦੇ ਆਉਣ ਤੋਂ ਬਾਅਦ ਇਸ ਪੂਰੇ ਘਰ ਦੇ ਵਿੱਚ ਜਿਹੜੀ ਖੁਸ਼ੀਆਂ ਦੀ ਛੈਬਰ ਹੈ ਉਹ ਲੱਗੀ ਹੋਈ ਹੈ ਕੇਕ ਖਾ ਲਿਆ ਜੀ ਇਹ ਕਾਲਿਆ ਸੋ ਛੋਟੇ ਛੋਟੇ ਬੱਚੇ ਨੇ ਬੜੇ ਖੁਸ਼ ਨੇ ਕੇਕ ਨੂੰ ਦੇਖ ਕੇ ਔਰ ਸਾਡੀਆਂ ਜਿਹੜੀਆਂ ਇੱਥੇ ਬੀਬੀਆਂ ਨੇ ਕੇਕ ਦਾ ਆਨੰਦ ਲੈ ਰਹੀਆਂ ਨੇ ਤਸਵੀਰਾਂ ਤੁਸੀਂ ਦੇਖ ਲਓ ਇਹ ਲਾਈਵ ਤਸਵੀਰਾਂ ਨੇ ਆਲੇ ਦੁਆਲੇ ਦੇ ਲੋਕ ਨੇ ਜਿਹੜੇ ਉਹ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋਏ ਹੋਏ ਨੇ ਨਾਇਮਤਾ ਜੀ ਬੀਮਲਾ ਅੱਛਾ ਬੀਮਲਾ ਜੀ ਤੁਸੀਂ ਕੀ ਕਹੋਗੇ ਸਾਰੇ ਮਾਹੌਲ ਨੂੰ ਦੇਖ ਕੇ ਵਧੀਆ ਆ ਜੀ ਮਾਹੌਲ ਬਹੁਤ ਹੀ ਮਨ ਖੁਸ਼ ਹੋਇਆ ਤੇ ਜਾਨੀ ਇਦਾਂ ਦਾ ਮਾਹੌਲ ਘਰ ਘਰ ਇਹੋ ਜਿਹਾ ਹਾਂਜੀ ਜਿਹੜੇ ਲੋਕ ਇਸ ਵੇਲੇ ਬਿਮਲਾ ਜੀ ਤੁਹਾਡੀ ਉਮਰ ਹੈਗੀ ਮੈਨੂੰ ਲੱਗਦਾ ਤੁਸੀਂ ਪੰਜ ਛੇ ਦਾ ਹੱਕੇ ਦੇਖ ਚੁੱਕੇ ਹੋ 50 ਪਲੱਸ ਤੁਹਾਡੀ ਉਮਰ ਹੈ ਤੇ ਇਹ ਕੀ ਕਾਰਨ ਹੈ ਤੁਹਾਡੇ ਵੇਲੇ ਵੀ ਐਂ ਹੁੰਦਾ ਸੀ ਕਿਸੇ ਦਾ ਜਵਾਕ ਨਹੀਂ ਹੋਇਆ ਜਾਂ ਕਿਸੇ ਦਾ ਜਵਾਕ ਨਹੀਂ ਹੋ ਰਿਹਾ ਸਾਡੇ ਵੇਲੇ ਬਹੁਤ ਘੱਟ ਸੀਗੀਆਂ ਇਹ ਗੱਲਾਂ ਕੀ ਗੱਲ ਨਹੀਂ ਹੈ ਨਹੀਂ ਸੀ ਇਦਾਂ ਦੀ ਬਹੁਤੀਆਂ ਨਹੀਂ ਸੀ ਗੱਲਾਂ ਜਾਨੀ ਜਿੱਦਾਂ ਹੁਣ ਬੱਚਿਆਂ ਦਵਾਈਆਂ ਖਾਣੀਆਂ ਪੈਂਦੀਆਂ ਹੈਨਾ ਪਿਛਲੇ ਸਮੇਂ ਜੇ ਸਾਡੇ ਵੇਲੇ ਨਹੀਂ ਸੀ ਦਵਾਈਆਂ ਖਾਂਦੇ ਠੀਕ ਸੀਗਾ ਜਾਨੀ ਮਾਹੌਲ ਹੁਣ ਮਾਹੌਲ ਦੇ ਸਿਰ ਤੇ ਹੀ ਐ ਸਾਰੀਆਂ ਗੱਲਾਂ ਚੱਲਦੀਆਂ ਹੋਰ ਤੁਹਾਡੀ ਨਜ਼ਰ ਦੇ ਵਿੱਚ ਇਹ ਤਾਂ ਸੀ ਜਿਨ੍ਹਾਂ ਨੂੰ ਸਹੀ ਮੈਡੀਸਿਨ ਮਿਲ ਗਈ ਤੁਹਾਡੇ ਵੀ ਜਾਣਕਾਰਾਂ ਦੇ ਵਿੱਚ ਹੋਣਗੇ ਜਿੱਥੇ ਬੱਚੇ ਨਹੀਂ ਆ ਰਹੇ ਘਰ ਦੇ ਵਿੱਚ ਕਿਲਕਾਰੀਆਂ ਨਹੀਂ ਵੱਜਦੀਆਂ ਕਿਹੋ ਜਿਹਾ ਸੁੱਖ ਹੈ ਤੁਹਾਡੇ ਕਿੰਨੇ ਪੁੱਤੇ ਪੋਤੀਆਂ ਨੇ ਦੋ ਪੁੱਤੇ ਇੱਕ ਪੋਤੀ ਅੱਛਾ ਤੇ ਫਿਰ ਜਦੋਂ ਦਾਦੀ-ਦਾਦੀ ਆ ਕੇ ਕਹਿੰਦੇ ਨੇ ਜਾਂ ਦਾਦੀ ਕਹਿੰਦੇ ਨੇ ਆ ਬੜੀ ਮੰਮਾ ਕਹਿੰਦੇ ਨੇ ਕਿਹੋ ਜਿਹਾ ਸੁੱਖ ਲੱਗਦਾ ਕਿਹੋ ਜਿਹਾ ਦਿਲੋਂ ਕੀ ਹੁੰਦਾ ਬਹੁਤ ਦਿਲ ਖੇਰਦਾ ਜਿੱਦਾਂ گلاب ਦਾ ਫੁੱਲ ਖਿੜ ਜਾਂਦਾ ਨਾ ਇਦਾਂ ਦਿਲ ਖਿੜ ਜਾਂਦਾ ਬਹੁਤ ਵਧੀਆ ਮਾਹੌਲ ਲੱਗਦਾ ਹਾਂਜੀ ਜਿਨ੍ਹਾਂ ਦੇ ਘਰਾਂ ਦੇ ਵਿੱਚ ਨਹੀਂ ਹੈਗੇ ਉਹਨਾਂ ਨੂੰ ਕੀ ਕਹੋਗੇ ਇਸ ਚੀਜ਼ ਨੂੰ ਦੇ ਉਹਨਾਂ ਤਾਂ ਫੇ ਤੜਫਾਈ ਆ ਕਾਕੇ ਤੜਫਾਈ ਆ ਤੜਫੀ ਜਾਂਦੇ ਵਿਚਾਰੇ ਦਿਨ ਵੀ ਰਾਤ ਵੀ ਹਾਂਜੀ ਇਹ ਵੀ ਇਸੇ ਤਰੀਕੇ ਨਾਲ ਰੀਆ ਦੀ ਮੰਮਾ ਵੀ ਇਸੇ ਤਰੀਕੇ ਨਾਲ ਤੜਫ ਰਹੇ ਸੀ ਦਿਨ ਰਾਤ ਤੜਪਦੀ ਹੈ ਇਦਾਂ ਹੀ ਤੜਪਦੀ ਸੀ ਛੋੜagina ਅਸ਼ਾ ਅੱਛਾ ਅਸ਼ਾ ਜੀ ਹੱਥ 'ਚ ਕੇਕ ਲਈ ਬੈਠੇ ਸਵਾਦ ਨਹੀਂ ਲੱਗ ਰਿਹਾ ਖਾਓ ਕੇਕ ਬਹੁਤ ਵਧੀਆ ਅੱਛਾ ਕੀ ਕਹੋਗੇ ਗੱਲਾਂ ਸੁਣ ਸੁਣ ਕੇ ਅਸੀਂ ਪ੍ਰਸੰਨ ਹੋ ਰਹੇ ਹਾਂ ਬੇਟਾ ਤੇ ਸਾਡੀ ਤਾਂ ਦੇਖੋ ਜ਼ਿੰਮੇਵਾਰੀ ਹੈਗੀ ਆ ਮਾਤਾ ਜੀ ਅਸੀਂ ਸਹੀ ਚੀਜ਼ ਨਾ ਲੋਕਾਂ ਤੱਕ ਅਸੀਂ ਪਹੁੰਚਦੀ ਕਰਦੇ ਆ ਤੇ ਇਹ ਧੁੰਨੀ ਦੇ ਵਿੱਚ ਜਿਹੜੀ ਦਵਾਈ ਪਈ ਹੈ ਇਸ ਬਾਰੇ ਕੁਝ ਤੁਸੀਂ ਜਾਣਦੇ ਸੀ ਨਹੀਂ ਅੱਛਾ ਤੁਹਾਨੂੰ ਅੱਜ ਹੀ ਪਤਾ ਲੱਗਿਆ ਇੱਥੇ ਵੀ ਇਸ ਦਾ ਲੱਗਿਆ ਜਾਣਦੇ ਆ ਮੈਂ ਖਾਧੀ ਆ ਅੱਛਾ ਤੁਸੀਂ ਖਾਧੀ ਆ ਤੁਹਾਨੂੰ ਕੀ ਦਿੱਕਤ ਮੈਨੂੰ ਕਬਜ ਬਹੁਤ ਰਹਿੰਦੀ ਸੀ ਅੱਛਾ ਹਾਂ ਮੈਂ ਉਹਦੇ ਨਾਲ ਠੀਕ ਹੋ ਗਈ ਮੈਂ ਤਾਂ ਬਹੁਤ ਸੈੱਟ ਬੈਠੀ ਇਹ ਦਵਾਈ ਅੱਛਾ ਕਿੰਨੀ ਸਾਰੀ ਦਵਾਈ ਛੁੱਟ ਗਈ अच्छा ਜਿਹੜੀ ਮੈਂ ਹੋਰ ਵੀ ਖਾਂਦੀ ਸੀ ਅੱਛਾ ਬਹੁਤ ਸੈਟ ਬੈਠੀ ਮੈਨੂੰ ਦਵਾਈ ਇਹਨ ਮੁੰਡੇ ਨੇ ਜਵਾਈ ਹੈ ਸਾਡਾ ਉਹ ਅੱਛਾ ਉਹਨੇ ਦਿੱਤੀ ਸੀ ਮੈਨੂੰ ਅੱਛਾ ਅੱਛਾ ਹਾਂ ਜੀ ਜੀ ਸੋ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਇਸ ਵੇਲੇ ਤੁਹਾਨੂੰ ਰਿਆ ਦੀ ਨਾਨਾ ਨਾਨੀ ਦੇ ਘਰੋਂ ਦਿਖਾ ਰਹੇ ਆ ਲਾਈਵ ਤਸਵੀਰਾਂ ਨੇ ਮਹੱਲੇ ਵਾਸੀ ਪੂਰੇ ਖੁਸ਼ ਨੇ ਨੇਵਲ ਅਮਰਿਤ ਦੀ ਟੀਮ ਹੈ ਜਿਹੜੀ ਇੱਥੇ ਆਈ ਹੋਈ ਹੈ ਹਰਦੀਪ ਜੀ ਉਹਨਾਂ ਨਾਲ ਹੋਰ ਵੀ ਅਸੀਂ ਗੱਲਬਾਤ ਕਰਾਂਗੇ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਜਿਹੜਾ ਕੇਕ ਹੈਗਾ ਮੈਨੂੰ ਲੱਗਦਾ ਹੈ ਕਿ ਹਰਦੀਪ ਭਾਈ ਜੀ ਇਸ ਕੇਕ ਦਾ ਸਵਾਦ ਹੋਰਨ ਹੋਰਾਂ ਨਾਲੋਂ ਜਿਹੜਾ ਥੋੜਾ ਜਿਹਾ ਅਲੱਗ ਹੈਗਾ ਇਹ ਨਹੀਂ ਮੇਰੇ ਭਾਗਾਂ 'ਚ ਕੇਕ ਬਹੁਤ ਆ ਐਨਾ ਮੈਨੂੰ ਪਤਾ ਬਾਕੀਆਂ ਦੇ ਹੋਣ ਨਾਲੋਂ ਮੇਰੇ ਭਾਗਾਂ 'ਚ ਹੋਤਾ ਹੈ ਕਿ ਮੈਨੂੰ ਹਰ ਜਗ੍ਹਾ ਤੇ ਕੇਕ ਮਿਲ ਰਿਹਾ ਔਰ ਕਿੰਨੇ ਕ ਕੇਕ ਹਜੇ ਤੱਕ ਤੁਸੀਂ ਖਲਾਤੇ ਜੀ ਤੁਹਾਡੇ ਰਿਕਾਰਡ ਦੇ ਵਿੱਚ ਨਹੀਂ ਜਗਤ ਮਾਮਾ ਬਣਿਆ ਹੈ। ਔਰ ਚੰਗੀ ਗੱਲ ਹੈ ਮੇਰੀਆਂ ਭੈਣਾਂ ਦੇ ਜੇ ਬੇਬੀ ਹੋ ਰਿਹਾ ਹੈ ਮੈਲੇ ਬਹੁਤ ਖੁਸ਼ੀ ਦੀ ਗੱਲ ਹੈ। ਕੇਕ ਤੁਹਾਨੂੰ ਵੀ ਦਿਖਾ ਰਹੇ ਹਾਂ ਤੁਸੀਂ ਦੇਖਿਓ ਕਿੰਨਾ ਟੇਸਟ ਵਧੀਆ ਹੈ। ਨਹੀਂ ਬਿਲਕੁਲ ਅਸੀਂ ਵੀ ਖਾਵਾਂਗੇ। ਜਦੋਂ ਤੁਸੀਂ ਪ੍ਰੋਪਰ ਤਰੀਕੇ ਨਾਲ ਇਹਨੂੰ ਯੂਜ਼ ਕਰਦੇ ਆਂ ਔਰ ਸਹੀ ਮੈਡੀਸਿਨ ਨੂੰ ਯੂਜ਼ ਕਰੋਗੇ। ਯੂਜ਼ ਕਰਨ ਦਾ ਕੀ ਤਰੀਕਾ ਹੈਗਾ? ਨਾਭੀ ਵਿੱਚ ਪਾਉਣੀ ਹੁੰਦੀ ਆ ਦੋ ਬੂੰਦਾਂ ਸਵੇਰੇ ਦੋ ਬੂੰਦਾਂ ਸ਼ਾਮੀ। ਕਈਆਂ ਨੂੰ ਅਸੀਂ ਪਹਿਲੇ 15 ਦਿਨ ਦੋ ਬੂੰਦਾਂ ਦਿੰਨੇ ਆ। ਉਸ ਤੋਂ ਬਾਅਦ ਕਹਿੰਦੇ ਆ ਦੋ ਬੂੰਦਾਂ ਸਵੇਰੇ ਦੋ ਬੂੰਦਾਂ ਸ਼ਾਮੀ ਦੁਪਹਿਰ ਨੂੰ ਅਸੀਂ ਦੇਸੀ ਕੇ ਰეკਮੈਂਡ ਕਰ ਕਿਉਂਕਿ ਨਾਭੀ ਦੇ ਨਾਲ ਆਪਣੀਆਂ 72000 ਤੋਂ ਜ਼ਿਆਦਾ ਨਾੜਾਂ ਜੁੜੀਆਂ ਹੋਈਆਂ ਬਹੁਤ ਸਾਰੀਆਂ ਨਾੜਾਂ ਖੁਸ਼ਕ ਹੋ ਜਾਂਦੀਆਂ ਜਿਹਦੇ ਕਾਰਨ ਕਰਕੇ ਸੈੱਲ ਦੀ ਆਲੇ ਦੁਆਲੇ ਨਹੀਂ ਜਾਂਦੇ ਸੋ ਇਸੇ ਕਰਕੇ ਅਸੀਂ ਇਸ ਮੈਡੀਸਨ ਨੂੰ ਨਾਭੀ ਦੇ ਵਿੱਚ ਹੀ ਪਾਉਣਾ ਹੁੰਦਾ ਜੀ 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 ਤੇ ਫਿਰ ਹਰਦੀਪ ਜੀ ਜੱਦ ਜਾਂਦੇ ਉਹਨਾਂ ਲੋਕਾਂ ਨੂੰ ਕੀ ਸੁਨੇਹਾ ਦੇਵੋਗੇ ਜਿਹੜੇ ਇਸ ਵੇਲੇ ਅਜੇ ਵੀ ਇਹ ਵੀਡੀਓ ਦੇਖ ਲੈਂਦੇ ਨੇ ਕਲਿੱਕ ਨਹੀਂ ਕਰਦੇ ਉਹਨਾਂ ਦੀ ਦਿਮਾਗ ਦੇ ਵਿੱਚ ਗੱਲ ਕਲਿੱਕ ਨਹੀਂ ਹੋ ਰਹੀ ਤੁਹਾਨੂੰ ਕੀ ਲੱਗਦਾ ਕਿਉਂ ਨਹੀਂ ਕਲਿੱਕ ਹੋ ਰਹੀ ਦੇਖੋ ਜੇ ਤਾਂ ਪ੍ਰੋਬਲਮ ਦੇ ਨਾਲ ਕਿਤੇ ਉਹ ਬੰਦੇ ਜੂੰਝ ਰਹੇ ਆ ਨਾ ਤਾਂ ਉਹਨਾਂ ਨੂੰ ਮੈਡੀਸਨ ਇੱਕ ਵਾਰੀ ਜ਼ਰੂਰ ਵਰਤਣੀ ਚਾਹੀਦੀ ਆ ਠੀਕ ਆ ਜੀ ਮੈਡੀਸਨ ਵਰਤ ਕੇ ਜੇਕਰ ਲੱਗਦਾ ਕਿ ਉਹਨਾਂ ਨੂੰ ਕੋ ਪੈਸਾ ਨਹੀਂ ਹੈਗਾ ਤਾਂ ਵੀ ਮੇਰੇ ਕੋਲ ਆ ਜਾਣਾ ਮੈਂ ਫ੍ਰੀ ਵੀ ਦਊਗਾ ਠੀਕ ਆ ਨਾ ਮੈਡੀਸਨ ਇਹ ਵੀਡੀਓ ਜ਼ਰੂਰ ਸ਼ੇਅਰ ਕਰ ਦਿਓ ਹੋ ਸਕਦਾ ਤੁਹਾਡੇ ਸ਼ੇਅਰ ਦੇ ਨਾਲ ਤੁਹਾਡੇ ਸ਼ੇਅਰ ਦੇ ਨਾਲ ਕਿਸੇ ਭੈਣ ਦੇ ਘਰੇ ਇੱਕ ਜੀ ਆ ਜਾਏ ਔਰ ਉਹਛੈ ਤੁਹਾਨੂੰ ਉਹ ਦਵਾਮਾਂ ਦਊਗਾ ਕਿ ਸ਼ਾਇਦ ਕੋਈ ਸੋਚ ਵੀ ਨਹੀਂ ਸਕਦਾ ਜੀ ਜੀ ਥੈਂਕ ਯੂ ਜੀ ਜੀ ਸੋ ਇਹ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਲਾਈਵ ਤਸਵੀਰਾਂ ਨੇ ਡਾਕਟਰ ਅਨੀਤਾ ਤੁਸੀਂ ਇਹ ਦੇਖੋ ਵੀ ਜਿਹੜਾ ਪਰਿਵਾਰਿਕ ਵਾਂਗੂ ਜਿਹੜੇ ਰਿਸ਼ਤੇ ਨੇ ਉਹ ਨੇਵਲ ਅਮ੍ਰਿਤ ਦੀ ਟੀਮ ਹੈ ਜਿਹੜੀ ਉਹ ਬਣਾਉਂਦੀ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਸ ਵੇਲੇ ਜਿਹੜੀ ਡਾਕਟਰ ਅਨੀਤਾ ਨੇ ਉਹ ਖੁਦ ਜਿਹੜਾ ਕੇਕ ਦੇ ਨਾਲ ਮੂੰਹ ਮਿੱਠਾ ਕਰਾ ਰਹੇ ਨੇ ਸ਼ਗਨ ਹੈ ਜਿਹੜਾ ਸ਼ਗਨ ਰੂਪੀ ਜਿਹੜਾ ਇੱਕ ਆਪਣੀ ਵੱਡੀ ਭੈਣ ਕਹਿ ਲਈ ਛੋਟੀ ਭੈਣ ਕੇ ਲਈ ਤੁਸੀਂ ਹਰ ਇੱਕ ਮਰੀਜ਼ ਨੂੰ ਇੰਨੀ ਡੀਲ ਕਰਦੇ ਹੋ ਮੈਂ ਬਿਲਕੁਲ ਸਾਰੇ ਸੇਵਦੀ ਕਰਦੇ ਹਾਂ ਸਰ ਕਰ ਜਾ ਕੇ ਹਾਂਜੀ ਸਰ ਬਿਲਕੁਲ ਤੇ ਕਿਹੋ ਜਿਹਾ ਲੱਗਦਾ ਜਦੋਂ ਇਸ ਤਰ੍ਹਾਂ ਰੀਆ ਦੀ ਮੰਮਾ ਹੈਗੇ ਨੇ ਉਹਨਾਂ ਨੂੰ ਪੁੱਛਦੇ ਹਾਂ ਕਦੇ ਲੱਗਦਾ ਸੀ ਕਿ ਇਸ ਤਰ੍ਹਾਂ ਡਾਕਟਰਾਂ ਦੀ ਟੀਮ ਗੱਡੀਆਂ 'ਤੇ ਪਰ ਪਰ ਕੇ ਤੁਹਾਡੇ ਘਰੇ ਆਉਣਗੇ ਮੁਬਾਰਕਾਂ ਦੇਣ ਉਹ ਵੀ ਗੱਡੀਆਂ 'ਤੇ ਪਰ ਪਰ ਕੇ ਨਹੀਂ ਸਰ ਕਦੇ ਨਹੀਂ ਫੀਲ ਹੋਇਆ ਸੀ ਬਹੁਤ ਵਧੀਆ ਲੱਗ ਰਿਹਾ ਹੈ ਹਾਂਜੀ ਤੇ ਅਨਿਤ ਹੋਰਾਂ ਨੇ ਕੇਕ ਖਿਲਾਇਆ ਤੇ ਕਿਹੋ ਜਿਹਾ ਲੱਗ ਰਿਹਾ ਫਿਰ ਬਹੁਤ ਵਧੀਆ ਫੀਲ ਹੋ ਰਿਹਾ ਆ ਹਾਂਜੀ ਕਦੇ ਸੋਚਿਆ ਨਹੀਂ ਸੀ ਅੱਛਾ ਤੇ ਫਿਰ ਉਹਨਾਂ ਲੋਕਾਂ ਨੂੰ ਕੀ ਕਹੋਗੇ ਜਿਹੜੇ ਇਸ ਵੇਲੇ ਭਟਕ ਰਹੇ ਨੇ ਆਲੇ ਦੁਆਲੇ ਔਰ ਕਹਿੰਦੇ ਨੇ ਜੀ ਕਿ ਧੁੰਨ ਦੇ ਵਿੱਚ ਤੇਲ ਪਾਉਣ ਨਾਲ ਤੇ ਕੁਝ ਵੀ ਨਹੀਂ ਹੁੰਦਾ ਨਹੀਂ ਨਹੀਂ ਉਹਨਾਂ ਨੂੰ ਮੈਂ ਇਹੀ ਕਹਿਣਾ ਚਾਹੂੰਗੀ ਇਹ ਤਿਲ ਵਰਤ ਬਹੁਤ ਵਧੀਆ ਆ ਤੇ ਜੇ ਕਿਸੇ ਨੂੰ ਕੋਈ ਸ਼ੱਕ ਹੈ ਤਾਂ ਮੇਰਾ ਨੰਬਰ ਲੈ ਸਕਦੇ ਆ ਹਾਂ ਮੇਰੇ ਨਾਲ ਗੱਲ ਕਰ ਸਕਦੇ ਆ ਤੁਹਾਡਾ ਜਿਹੜਾ ਸੌਹਰਾ ਪਰਿਵਾਰ ਆ ਉਹ ਕਿਹੜੇ ਪਿੰਡ ਦਾ ਤੁਸੀਂ ਪਿੰਡ ਦਾ ਨਾਮ ਦੱਸ ਦਿਓ ਅਗਰ ਕਿਸੇ ਨੂੰ ਜ਼ਰੂਰਤ ਹੋ ਗਈ ਤੁਹਾਡੇ ਕੋਲ ਆ ਕੇ ਕਨਫਰਮ ਕਰ ਲੈਣਗੇ ਹਾਂਜੀ ਮੇਰਾ ਪਿੰਡ ਪੁੰਨੂ ਮਜਾਰਾ ਹੈ ਹਾਂਜੀ ਇਹ ਕਿੱਥੇ ਹੈ ਜੀ ਇਹ ਨਵਾਂ ਛੜ ਦੇ ਨਾਲ ਹੀ ਹੈ ਸਲੋ ਦੇ ਨਾਲ ਪਿੰਡ ਸਲੋ ਹੈ ਇੱਕ ਹਾਂਜੀ ਤੇ ਉੱਥੇ ਫਿਰ ਤੁਹਾਡੇ ਘਰ ਦੇੰ ਦਾ ਕੀ ਨਾਮ ਹੈ ਮੇਰੇ ਹਸਬੰਦ ਦਾ ਨਾਮ ਉੱਥੇ ਵੈਸੇ ਉਹਨਾਂ ਦਾ ਕਿਸ਼ਨ ਲਾਲ ਹੈ ਵੈਸੇ ਡੀਸੀ ਦੇ ਨਾਂ ਤੇ ਜਾਣਦੇ ਉਹਨਾਂ ਨੂੰ ਹਾਂਜੀ ਡੀਸੀ ਦੇ ਨਾਂ ਤੇ ਫਿਰ ਡੀਸੀ ਦਾ ਟੌਰ ਹੋ ਗਿਆ ਜੀ ਹੁਣ ਹਾਂਜੀ ਹਾਂਜੀ ਇਹ ਇਹ ਸ਼ਗਨ ਹੈ ਜਿਹੜਾ ਰੀਆ ਨੂੰ ਦਿੱਤਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਹਰਦੀਪ ਜੀ ਫਿਰ ਮਾਮਾ ਜੀ ਵਾਲੀ ਜਿਹੜੀ ਭੂਮਿਕਾ ਦੇ ਵਿੱਚ ਨੇ ਜਗਤ ਮਾਮਾ ਜੀ ਅਸੀਂ ਇਹਨਾਂ ਨੂੰ ਕਹਿ ਲਈਏ ਕਹਿ ਰਹੇ ਨੇ ਕਿ ਜਗਤ ਮਾਮਾ ਜੀ ਨੇ ਬੜੇ ਪਿਆਰ ਦੇ ਨਾਲ ਬੜੇ ਸਤਿਕਾਰ ਦੇ ਨਾਲ ਪਿਆਰ ਦੇ ਕੇ ਰੀਆ ਨੂੰ ਉਸੇ ਰਿਸ਼ਤੇ ਨਾਲ ਭਾਜੀ ਇਹਨਾਂ ਪਿਆਰ ਕਿੱਥੇ ਲੈ ਕੇ ਜਾਓਗੇ ਮੈਂ ਨਾਲੇ ਲੈ ਜਾਣਾ ਜਦੋਂ ਦੁਨੀਆ ਤੋਂ ਜਾਵਾਂਗਾ ਵੰਡ ਰਹੇ ਆ ਭਾਜੀ ਜੇ ਵਾਈਗਰੂ ਨੇ ਕਿਹਾ ਔਰ ਕੋਸ਼ਿਸ਼ ਹੈ ਕਿ ਮਾਲਕ ਕਿਸੇ ਦੇ ਘਰੇ ਫੇਰ ਇੱਕ ਖੁਸ਼ੀ ਦੇਵੇ ਅਸੀਂ ਫੇਰ ਵੰਡੀਏ ਹੂੰ ਔਰ ਬਾਜੀ ਸੱਚੀ ਦੱਸਾਂ ਤਾਂ ਇੰਨੀ ਖੁਸ਼ੀ ਹੁੰਦੀ ਨਾ ਇਸ ਗੱਲ ਦੀ ਕਿ ਇੱਕ ਭੈਣ ਹੋਰ ਮਿਲ ਗਈ ਠੀਕ ਹੈ ਨਾ ਇੱਕ ਭਣ ਜੀ ਹੋਰ ਸੋ ਇਸ ਕਰਕੇ ਮਾਲਕ ਕਰੇ ਇੱਕ ਭਣ ਜਾਂ ਹੋਰ ਆਵੇ ਕਿਸੇ ਦੇ ਜੀ ਜੀ ਬਹੁਤ ਬਹੁਤ ਸ਼ੁਕਰੀਆ ਜਿਹੜੀਆਂ ਕਲਕਾਰੀਆਂ ਨੇ ਖੁਸ਼ੀਆਂ ਦੀ ਛੈਬਰ ਹੈ ਜਿਹੜੀ ਇਸ ਵੇਲੇ ਰੀਆ ਦੇ ਨਾਨਾ ਨਾਨੀ ਦੇ ਘਰ ਲੱਗੀ ਹੋਈ ਹੈ ਸੋ ਇਸੇ ਉਮੀਦ ਨਾਲ ਇਸੇ ਆਸ ਦੇ ਨਾਲ ਕਿ ਇਸ ਵੁੜੀਆਂ ਨੂੰ ਤੁਸੀਂ ਉਹਨਾਂ ਲੋਕਾਂ ਤੱਕ ਜ਼ਰੂਰ ਪਹੁੰਚਦਾ ਕਰੋਗੇ ਜਿਨ੍ਹਾਂ ਤੇ ਤੁਹਾਨੂੰ ਲੱਗਦਾ ਹੈ ਕਿ ਅਜੇ ਤੱਕ ਬੱਚੇ ਨੇ ਜਿਹੜੇ ਕਰਦੇ ਵਿੱਚ ਕਿਲਕਾਰੀਆਂ ਨਹੀਂ ਸੁਣਨ ਨੂੰ ਮਿਲਿਆ ਸੋ ਫਿਲਹਾਲ ਇਹ ਗੱਲਬਾਤ ਤੁਹਾਨੂੰ ਕਿਵੇਂ ਲੱਗੀ ਇਸ ਵੀਡੀਓ ਕਿਵੇਂ ਲੱਗੀ ਇਸ ਬਾਬਤ ਤੁਸੀਂ ਆਪਣੀ رائے ਵੀ ਸਾਨੂੰ ਜ਼ਰੂਰ ਦਿਓ ਔਰ ਹਰਦੀਪ ਜੀ ਉਹਨਾਂ ਦੀ ਟੀਮ ਬਾਬਤ ਸਾਨੂੰ ਕਮੈਂਟ ਜ਼ਰੂਰ ਦੱਸਿਓ ਕਿ ਇਹਨਾਂ ਦਾ ਕੰਮ ਹੈਗਾ ਜਿਹੜਾ ਉਹ ਕਿੱਦਾਂ ਦਾ ਲੱਗ ਰਿਹਾ ਫਿਲਹਾਲ ਸਕਰੀਨ ਦੇ ਉੱਤੇ ਤੁਹਾਡੇ ਕੋਲ ਨੰਬਰ ਚੱਲ ਰਹੇ ਨੇ ਉਹਨਾਂ ਨੰਬਰਾਂ ਦੇ ਉੱਤੇ ਤੁਸੀਂ ਕਾਲ ਕਰਕੇ ਆਪਣੀ ਲੋੜਿੰਦੀ ਕੱਲੀ ਅ ਬੱਚਿਆਂ ਵਾਸਤੇ ਨਹੀਂ ਸਕੋ ਜਿਸ ਤਰੀਕੇ ਨਾਲ ਮਾਤਾ ਜੀ ਨੇ ਦੱਸਿਆ ਕਿ 슈ਗਰ ਡਾਇਬੀਟਿਸ ਕਿਹੜੇ ਕਿਹੜੇ ਕੰਮਾਂ ਦੇ ਵਿੱਚ ਇਹ ਜਿਹੜੀ ਤੇਲ ਹੈਗਾ ਕੰਮ ਕਰਦਾ ਡਾਕਟਰ ਸਾਹਿਬਾ ਇਹ ਸਰ 슈ਗਰ ਥਾਇਰੋਇਡ ਸਰਵਾਈਕਲ ਮਾਈਗਰੇਨ ਕੋਈ ਬਲੋਕੇਜ ਹੋਵੇ ਬੋਡੀ ਚ ਹਰ ਬਿਮਾਰੀ ਤੇ ਕਰਦਾ ਅਸਿਸਟ ਸਪੈਸ਼ਲੀ ਲੇਡੀਜ਼ ਜਿਹੜੀ ਅੱਜ ਕੱਲ ਦੇਖੀ ਜਾ ਰਹੀ ਹੈ ਜ਼ਿਆਦਾਤਰ ਇਹ ਉਹ ਇਹ ਤੇ ਬਹੁਤ ਦੋ ਤਿੰਨ ਤਰ੍ਹਾਂ ਦੀ ਅਸਿਸਟ ਜਿਹੜੀਆਂ ਹੋ ਰਹੀਆਂ ਨੇ ਕਈ ਵਾਰ ਫੇਵਰਟਸ ਵੀ ਹੋ ਜਾਂਦੇ ਉਹ ਕੀ ਹੁੰਦਾ ਸਰ ਉਹ ਹਰ ਇੱਕ ਪ੍ਰੋਬਲਮ ਤੇ ਜਿੱਦਾਂ ਕਿਸੇ ਵੀ ਤਰ੍ਹਾਂ ਦੀ ਅਸਿਸਟ ਹੋਵੇ ਹਰ ਅਸਿਸਟ ਤੇ ਵਰਕ ਕਰਦਾ ਹੈ ਇਹ ਆਇਲ ਹਾਂਜੀ ਜੀ 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 ਸੋ ਅ ਇਸੇ ਉਮੀਦ ਨਾਲ ਕਿ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਲੋਕਾਂ ਨਾਲ ਸਾਂਝਾ ਕਰੋਗੇ ਉਹਨਾਂ ਲੋਕਾਂ ਨਾਲ ਖਾਸ ਕਰਕੇ ਜਿਨ੍ਹਾਂ ਦੇ ਘਰੇ ਅਜੇ ਤੱਕ ਬੱਚਿਆਂ ਦੀਆਂ ਜਿਹੜੇ ਕਲਕਾਰੀਆਂ ਉਹ ਨਹੀਂ ਵੱਜੀਆਂ ਨੰਬਰ ਚੱਲ ਰਹੇ ਨੇ ਤੁਹਾਡੀ ਸਕਰੀਨ ਦੇ ਉੱਤੇ ਤੇ ਜੇਕਰ ਇਹ ਨੰਬਰ ਬਿਜ਼ੀ ਹੋਣ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣਾ ਕਮੈਂਟ ਛੱਡ ਦਿਓ ਅਸੀਂ ਕੋਸ਼ਿਸ਼ ਕਰਾਂਗੇ ਹਰਦੀਪ ਜੀ ਹੋਰਾਂ ਨੂੰ ਕਹਿ ਕੇ ਉਸ ਕਮੈਂਟ ਦੇ ਜ਼ਰੀਏ ਤੁਹਾਡੇ ਨਾਲ ਜਿਹੜਾ ਰਾਬਤਾ ਹੈ ਨੇਵਲ ਅੰਮ੍ਰਿਤ ਦੀ ਟੀਮ ਹੈ ਜਿਹੜੀ ਉਹ ਕਰ ਸਕੇਗੀ ਫਿਲਹਾਲ ਮੈਨੂੰ ਇਹ ਗੱਲਬਾਤ ਇੱਥੇ ਖਤਮ ਕਰਨ ਦੀ ਦਿਵ ਆਗਿਆ ਧੰਨਵਾਦ